ਸ਼ਬਦਾਂ ਦੀ ਘਾੜਤ ਜੀਵਨ ਦੇ ਵਿੱਚ ਬੜਾ ਮਹੱਤਵ ਰੱਖਦੀ ਹੈ। ਕਿਸੇ ਸ਼ਬਦਾਵਲੀ ਦੇ ਰਾਹੀਂ ਹੀ ਕਿਸੇ ਪ੍ਰਤੀ ਸਾਡੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਤੇ ਸ਼ਬਦਾਵਲੀ ਰਾਹੀਂ ਹੀ ਕਿਸੇ ਦਾ ਆਪਣਾ ਬਿਰਤਾਂਤ ਸਾਡੇ ਸਾਹਮਣੇ ਆਉਂਦਾ ਹੈ। ਜੇ ਸ਼ਬਦ ਟੁਕਮੇ ਨਾ ਹੋਣ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਤੇ ਜੇ ਸ਼ਬਦ ਸਹੀ ਨੇ ਤਾਂ ਕਈ ਵਾਰ ਬਿਰਤਾਂਤ ਜਿਹੜਾ ਹੈ ਨਾ ਸਮਝਾਉਣ ਵਾਲਾ ਵੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਕੈਨੇਡਾ ਦੀ ਧਰਤੀ ਤੇ ਅਸੀਂ ਕੁਝ ਗੱਲਾਂ ਨੂੰ ਮਹਿਸੂਸ ਕਰਦੇ ਆ ਜਿਵੇਂ ਕਿ ਸਾਡੇ ਵੱਡੇ ਵਡੇਰੇ ਨਾਲ ਹੁੰਦਾ ਆ ਜਦੋਂ ਆਏ ਤਾਂ ਇੱਥੇ ਉਹਨਾਂ ਨੂੰ ਦਾ Hindu ਕਿਹਾ ਗਿਆ Hindu ਸ਼ਬਦ ਵਰਤਿਆ ਜਾਂਦਾ ਗਦਰ ਲਹਿਰ ਦਾ ਇਤਿਹਾਸ ਪੜੋ ਜਾਂ ਉਸ ਸਮੇਂ ਦੀਆਂ ਜਿਹੜੀਆਂ ਅਖਬਾਰਾਂ ਦੀਆਂ ਕਟਿੰਗਸ ਉੱਥੇ Hindu ਲਫ਼ਜ਼ ਵਰਤਿਆ ਜਾਂਦਾ ਸਾਡੇ ਲੋਕਾਂ ਨੇ ਕਿਹਾ ਕਿ ਇਹ ਨਸਲਵਾਦ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ Hindu ਨਹੀਂ Hindu ਸ਼ਬਦ ਸਾਡੇ ਲਈ ਠੁਕਮਾ ਨਹੀਂ ਪਾਕੀ ਸ਼ਬਦ ਵੀ ਆਇਆ ਇਸ ਦਾ ਵੀ ਅਸੀਂ ਵਿਰੋਧ ਕੀਤਾ ਚਾਹੇ ਉਹ ਲਾ ਕੇ ਕਿਹਾ ਗਿਆ ਜਾਂ ਜਿਸ ਤਰ੍ਹਾਂ ਵੀ ਇਹ ਸ਼ਬਦ ਸਾਡਾ ਬਿਰਤਾਂਤ ਖਰਾਬ ਕਰਦੇ ਨੇ ਅਸੀਂ ਇਹਨਾਂ ਸ਼ਬਦਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਖਲਾਸੀ ਪਾ ਲਈ ਪਰ ਇੱਕ ਸ਼ਬਦ ਤੋਂ ਅਸੀਂ ਖਲਾਸੀ ਨਹੀਂ ਪਾ ਸਕੇ ਉਹ ਸਾਡੇ ਅੰਦਰ ਇੰਨਾ ਰਚ ਮਿਚ ਗਿਆ ਸਾਨੂੰ ਇੱਕ ਤਰ੍ਹਾਂ ਉਸ ਸ਼ਬਦ ਦੇ ਵਿੱਚ ਲਪੇਟ ਹੀ ਲਿਆ ਗਿਆ ਅਸੀਂ ਉਸ ਦੇ ਵਿੱਚ ਇੰਨੇ ਗਲਤਾਨ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਦਲਦਲ ਹੈ ਕਾਰਨ ਕੀ ਸੀ ਕਿ ਜਿਹੜੀਆਂ ਸਾਡੀਆਂ ਫੈਕਟਰੀਆਂ ਜਿੱਥੋਂ ਵਿਦਵਾਨ ਬਣ ਕੇ ਆਉਣੇ ਨੇ ਜਿਹੜੇ ਸਾਡੇ ਵਿਦਿਆਰਥੀ ਜਿੱਥੇ ਪੜ੍ਹਦੇ ਨੇ ਉਹਨਾਂ 'ਚ ਇਹ ਸ਼ਬਦ ਦੀ ਕੁਸਪੈਟ ਹੋਗੀ ਤੇ ਉਥੋਂ ਦੇ ਵਿਭਾਗਾਂ ਦੇ ਨਾਂ ਵੀ ਇਹ ਸ਼ਬਦ ਦੇ ਅਨੁਸਾਰ ਰੱਖੇ ਗਏ ਇੰਨਾਕ ਪ੍ਰਚਲਿਤ ਕਰ ਦਿੱਤਾ ਗਿਆ ਕਿ ਆਮ ਹੀ ਲੱਗਣ ਲੱਗ ਗਿਆ ਇਹ ਸ਼ਬਦ ਕੀ ਹੈ ਇਹ ਸ਼ਬਦ ਸਾਊਥ ਏਸ਼ੀਅਨ ਦੱਖਣੀ ਭਾਰਤੀ ਦੱਖਣੀ ਏਸ਼ੀਆਈ ਦੱਖਣੀ ਏਸ਼ੀਆਈ ਸਾਊਥ ਏਸ਼ੀਅਨ ਜਾਂ ਜੋ ਇਹ ਸ਼ਬਦ ਹੈ ਇਹ ਇੰਨਾਕ ਵਰਤਿਆ ਗਿਆ ਕਿ ਸਾਨੂੰ ਸਾਡੇ ਬਿਰਤਾਂਤ ਨੂੰ ਸਾਡੀ ਹੋਂਦ ਨੂੰ ਸਾਡੀ ਜ਼ੁਬਾਨ ਨੂੰ ਸਾਡੀ ਪਛਾਣ ਨੂੰ ਸਾਰਿਆਂ ਨੂੰ ਇੱਕ ਆ ਗਿਆ ਦੂਜੇ ਅਰਥਾਂ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਸ਼ਬਦ ਨੇ ਬੜਾ ਭਿਆਨਕਰ ਹਮਲਾ ਕੀਤਾ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਨਸਲੀ ਸ਼ਬਦਾਵਲੀ ਹੈ ਕਿ ਸੱਚਮੁੱਚ ਇਹ ਵੀ ਇੱਕ ਨਸਲਵਾਦ ਹੈ ਸਿਸਟਮੈਟਿਕ ਰੇਸਿਜ਼ਮ ਦੇ ਖਿਲਾਫ ਅਸੀਂ ਲੜ ਰਹੇ ਹਾਂ ਢਾਂਚਾਗਤ ਨਸਲਵਾਦ ਢਾਂਚਾਗਤ ਨਸਲਵਾਦ ਇੱਕ ਖਤਰਨਾਕ ਤਰੀਕਾ ਜਿਹੜਾ ਕਿ ਪਤਾ ਹੀ ਨਹੀਂ ਲੱਗਦਾ ਢਾਂਚੇ ਦੇ ਵਿੱਚ ਉਹ ਚਲਿਆ ਗਿਆ ਬਾਹਰਲਾ ਨਸਲਵਾਦ ਤਾਂ ਦਿਸਦਾ ਹੈ ਕਿਸੇ ਨੇ ਪੱਗ ਬੰਨੀ ਹੈ ਉਸ ਨੂੰ ਟਿੱਪਣੀ ਕਰ ਦਿੱਤੀ ਕਿਸੇ ਦੀ ਦਾੜ੍ਹੀ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਉਸ ਦੀ ਆਇਡੈਂਟੀਟੀ ਨੂੰ ਆਧਾਰ ਬਣਾ ਕੇ ਨਸਲਵਾਦ ਹੋਇਆ ਢਾਂਚਾਗਤ ਨਸਲਵਾਦ ਸਿਸਟਮ ਦੇ ਵਿੱਚ ਆ ਗਿਆ ਪਤਾ ਨਹੀਂ ਲੱਗਦਾ ਸਿਸਟਮ ਦੇ ਵਿੱਚ ਗਾਂ ਤੋਂ ਗਾਂ ਚੱਲਦਾ ਹੈ ਸਟਿਰੋਟਾਈਪ ਸੋਚਣੀ ਸੋਚਣੀ ਹੋਗੀ ਤੇ ਇਹ ਜਿਹੜੀ ਸੋਚਣੀ ਹੈ ਇਸ ਨੇ ਇਹੋ ਜੇ ਨਸਲਵਾਦ ਨੂੰ ਜਨਮ ਦਿੱਤਾ ਹੁਣ ਇਹ ਵੱਡਾ ਸਵਾਲ ਹੈ ਕਿ ਇਹ ਸ਼ਬਦਾਵਲੀ ਯੂਨੀਵਰਸਿਟੀਆਂ ਜਿਹੜੀਆਂ ਸਾਡੀਆਂ ਫੈਕਟਰੀਆਂ ਸਨ ਸਾਡੇ ਲੈਬਾਰਟਰੀ ਸਨ ਪ੍ਰਯੋਗਸ਼ਾਲਾਵਾਂ ਸਨ ਜਿੱਥੋਂ ਸਾਡੇ ਬੱਚਿਆਂ ਨੇ ਤਿਆਰ ਹੋ ਕੇ ਆਉਣਾ ਸੀ ਉੱਥੇ ਹੀ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਕਿਵੇਂ ਕਹਾਂਗੇ ਕਿ ਉਹਨਾਂ ਦੀ ਜ਼ੁਬਾਨ ਪੰਜਾਬੀ ਹੈ ਕਿਵੇਂ ਕਹਾਂਗੇ ਕਿ ਉਹ ਆਪ ਸਿੱਖ ਨੇ ਕਿਵੇਂ ਕਹਾਂਗੇ ਕਿ ਉਹ ਮੁਸਲਮਾਨ Hindu ਜਾਂ ਕੋਈ ਵੀ ਨੇ ਜਾਂ ਨਹੀਂ ਵਿਸ਼ਵਾਸ ਰੱਖਦੇ ਧਰਮ ਚ ਉਹ ਜੋ ਵੀ ਨੇ ਜਾਂ ਇਸ ਤਰ੍ਹਾਂ ਕਿਵੇਂ ਕਹਾਂਗੇ ਕਿ ਉਹਨਾਂ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਪਰ ਨਹੀਂ ਉਹਨਾਂ ਨੂੰ ਸਾਊਥ ਏਸ਼ੀਆਨ ਜਿਹੜੇ ਕਿ 7-8 ਮੁਲਕ ਨੇ ਉਹਨਾਂ ਦੇ ਇੱਕ ਢਾਂਚੇ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਪੂਰਨ ਤੌਰ ਤੇ ਲੋਕਾਂ ਨੂੰ ਉਹਨਾਂ ਦੀ ਸੋਚ ਦੇ ਉੱਤੇ ਪਰਦਾ ਪਾ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਇਹ ਸ਼ਬਦਾਵਲੀ ਜਿਹੜੀ ਹੈ ਇਸ ਤੋਂ ਸਾਨੂੰ ਕੀ ਦਿੱਕਤ ਹੈ ਤੇ ਕਿਉਂ ਦਿੱਕਤ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਈ ਐਮ ਨਾਟ ਸਾਊਥ ਏਸ਼ੀਅਨ ਇਹ ਇੱਕ ਲਹਿਰ ਵਾਂਗ ਚਲਾਇਆ ਤੇ ਚਲਾ ਰਹੇ ਨੇ ਜਿਨ੍ਹਾਂ ਨੇ ਆਪਣੀ ਵੈਬਸਾਈਟ ਰਾਹੀਂ ਵੀ ਇਸ ਨੂੰ ਬਹੁਤ ਪ੍ਰਚਾਰਿਆ ਤੇ ਇਸ ਨੂੰ ਜੇਕਰ ਅਸੀਂ ਬਿਸਲ ਬਲੋਰ ਦੇ ਤੌਰ ਤੇ ਕਹੀਏ ਕਿ ਇਸ ਦੀ ਆਵਾਜ਼ بلند ਕਰਨ ਵਾਲਿਆਂ ਦੇ ਵਿੱਚੋਂ ਇੱਕ ਨੇ ਉਹ ਸ਼ਖਸ ਤੇ ਇਹ ਅਤਕਥਨੀ ਨਹੀਂ ਹੋਏਗੀ ਮੇਰੀ ਮੁਰਾਦ ਹੈ ਰਾਜ ਸਿੰਘ ਪੰਡਾਲ ਜੀ ਤੋਂ ਜੋ ਸਾਡੇ ਵਿਚਾਰ ਨਹੀਂ ਅੱਜ ਗੱਲਬਾਤ ਕਰਾਂਗੇ ਜੀ ਆਇਆਂ ਨੂੰ ਰਾਜ ਸਿੰਘ ਪੰਡਾਲ ਜੀ ਸਵਾਗਤ ਕਰਤਾ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਤੇ ਜਿਹੜੇ ਆਪਣੇ ਦੇਖਣ ਸੁਣਨ ਵਾਲੇ ਨੇ ਉਹਨਾਂ ਨਾਲ ਆਪ ਅੱਜ ਵਿਚਾਰ ਸਾਂਝੇ ਕਰਾਂਗੇ ਕਿ ਇਹ ਜਿਹੜੀ ਟਰਮ ਆ ਮੈਨੂੰ ਜਾਂ ਸਿੱਖ ਨੂੰ ਜਾਂ ਮੁਸਲਮਾਨ ਨੂੰ ਜਾਂ ਹਿੰਦੂ ਨੂੰ ਇਹ ਕਿਦਾਂ ਦੀ ਲੱਗਦੀ ਆ ਜਦੋਂ ਆਪਾਂ ਇਸ ਬਹੁਤ ਖੂਬਸੂਰਤ ਮੁਲਕ 'ਚ ਰਹਿੰਦੇ ਆ ਜਿੱਥੇ ਆਪਾਂ ਐਨੇ ਸੁਚੇਤ ਆ ਵੀ ਫਰਸਨੇਸ਼ਨ ਕੌਣ ਨੇ ਜਿਹੜੀ ਸਾਡੀ ਕਾਲੀ ਬਰਾਦਰੀ ਆ ਉਹ ਕੌਣ ਲੋਗ ਨੇ ਵੱਖਰੇ ਵੱਖਰੇ ਤਰ੍ਹਾਂ ਦਾ ਜਿਦਾ ਖੂਬਸੂਰਤ ਗੁਲਦਸਤਾ ਉਹਦੇ ਵਿੱਚ ਜਿਹੜੀ ਸਾਡੇ ਨਾਲ ਤੱਕਾ ਹੋ ਰਿਹਾ ਔਰ ਕਈ ਕੇਸਾਂ 'ਚ ਜਦੋਂ ਮੈਂ ਕਹਿਣਾ ਹੁੰਦਾ ਕਿ ਉਹ ਸਾਡੇ ਲੋਕਾਂ ਵੱਲੋਂ ਹੀ ਹੋ ਰਿਹਾ ਕਈ ਕਿਸੇ 'ਚ ਜੀ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਜਿੰਨਾ ਵੀ ਮੇਤੋ ਦੱਸ ਹੋਇਆ ਕਿ ਮੈਂ ਇਹਦੇ ਬਾਰੇ ਕਿੱਦਾਂ ਸੋਚਦਾ ਔਰ ਮੈਂ ਇਹਨੂੰ ਕਿਉਂ ਗਲਤ ਸੋਚਦਾ ਵੀ ਇਹ ਕਿਉਂ ਗਲਤ ਟਰਮ ਹੈ ਇਹ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜ਼ਰੂਰ ਜੀ ਬਿਲਕੁਲ ਇਹ ਗੱਲ ਨੂੰ ਗੰਭੀਰਤਾ ਨਾਲ ਵਿਸ਼ੇ ਨੂੰ ਸੁਣਨਾ ਹੈ ਇਸ ਦੇ ਕਈ ਪੱਖ ਨੇ ਸਵਾਲ ਸਾਡੇ ਜਨ ਵਿੱਚ ਜਿੰਨੇ ਨੇ ਅਸੀਂ ਇੱਕ ਇੱਕ ਕਰਕੇ ਉਹਨਾਂ ਨੂੰ ਸਾਂਝਾ ਕਰਾਂਗੇ ਹੋ ਸਕਦਾ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਸਾਡੇ ਚ ਬਹੁਤ ਸਾਰੀ ਇਹ ਗੱਲ ਨੂੰ ਮਹਿਸੂਸ ਕਰਨ ਕਿ ਸਾਊਥ ਏਸ਼ੀਅਨ ਆਈ ਐਮ ਸਾਊਥ ਏਸ਼ੀਅਨ ਇਹ ਸ਼ਬਦ ਦੀ ਵਰਤੋਂ ਨਾ ਕੀਤੀ ਜਾਏ ਇਸ ਗੱਲ ਦੇ ਪ੍ਰਤੀ ਜਾਗਰੂਕਤਾ ਦੇ ਰਾਹੀ ਕਿਵੇਂ ਜਾਣਕਾਰੀ ਮਿਲਦੀ ਹੈ ਆਓ ਇਸ ਦੀ ਸਾਂਝ ਪਾਉਣੀ ਹੈ ਸਭ ਤੋਂ ਪਹਿਲਾਂ ਇਹ ਕਿ ਤੁਸੀਂ ਇਹ ਮੋਹਮ ਸ਼ੁਰੂ ਕੀਤੀ ਤੁਸੀਂ ਵੈਬਸਾਈਟ ਰਾਹੀਂ ਵੀ ਆਪਣੇ ਸਰੋਤਾ ਰਾਹੀਂ ਵੀ ਇਹਨੂੰ ਸ਼ੁਰੂ ਕੀਤਾ ਇਹਦੇ ਬਾਰੇ ਜਾਣਨਾ ਪਊ ਜੀ ਜੀ ਪਹਿਲਾਂ ਨਾ ਮੈਂ ਇੱਕ ਜਿਹੜੇ ਆਪਣੇ ਦੇਖਣ ਸੁਣਨ ਵਾਲੇ ਆ ਉਹਨਾਂ ਨਾਲ ਸਿੱਧੀ ਗੱਲਬਾਤ ਇੱਕ ਸਿੱਧਾ ਸੁਨੇਹਾ ਦੇਣਾ ਚਾਹਨਾ ਜੀ ਸੋ ਮੈਂ ਪੂਰਾ ਦੇਖ ਕੇ ਕਹਾਗਾ ਕਿ ਜਿਹੜੀ ਸਾਊਥ ਏਸ਼ੀਅਨ ਟਰਮ ਆ ਇਸ ਅ ਰੇਸਿਸਟ ਇਸ ਅ ਡਿਵਾਈਸਿਵ ਇਟ ਇਰੇਸਸ ਮਾਈ ਆਇਡੈਂਟੀਟੀ ਇਸ ਅ ਮੀਨਿੰਗਲੈਸ ਟਰਮ ਇਸ ਸ਼ਬਦ ਮੈਨੂੰ ਗਾਲ ਵਰਗਾ ਲੱਗਦਾ ਹੈ ਸੋ ਮੈਂ ਪੂਰਾ ਸੋਚ ਸਮਝ ਕੇ ਗੱਲ ਕਹਿ ਰਿਹਾ ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਇਹਦੇ ਬਾਰੇ ਧਿਆਨ ਦਿਵੋ ਔਰ ਜ਼ਰੂਰ ਸੋਚੋ ਕਿ ਇਹਦੇ ਨਾਲ ਜਿਹੜੀ ਇੱਕ ਹਿੰਦੂ ਆਇਡੈਂਟੀਟੀ ਹੈ ਇੱਕ ਮੁਸਲਮਨ ਆਇਡੈਂਟੀਟੀ ਆ ਇੱਕ ਸਿੱਖ ਆਇਡੈਂਟੀਟੀ ਆ ਉਹ ਕੈਨੇਡਾ ਦੇ ਇਸ ਖੂਬਸੂਰਤ ਮੁਲਕ ਵਿੱਚੋਂ ਇਹਦੀ ਵੋਕੈਬਲਰੀ ਚੋਂ ਇਹਦੀ ਯਾਦ ਚੋਂ ਕਿਦਾਂ ਡਿਲੀਟ ਹੋਏਗੀ ਸੋ ਬੇਨਤੀ ਮੇਰੀ ਹੈ ਕਿ ਜ਼ਰੂਰ ਸੋਚੋ ਇਹਦੇ ਬਾਰੇ ਤੁਸੀਂ ਜੀ ਸੋ ਜਦੋਂ ਆਪਾਂ ਜੀ ਪਿੱਛੇ ਮੁੜ ਕੇ ਦੇਖਦੇ ਆ ਨਾ ਆਪਾਂ ਪਹਿਲਾਂ ਵੀ ਸ਼ਾਇਦ ਇਹ ਗੱਲ ਕੀਤੀ ਹੋਈ ਹੈ ਵੀ ਇੱਕ ਬਹੁਤ ਖੂਬਸੂਰਤ ਸੋਹਣਾ ਸ਼ਬਦ ਗਾਲ ਕਿਦਾਂ ਬਣਦਾ ਜਾਂ ਆਪਾਂ ਕਿਦਾਂ ਕਹਿੰਦੇ ਆ ਵੀ ਉਸ ਸ਼ਬਦ ਦੇ ਸਿਰ ਤੇ ਆਪਣੇ ਨਾਲ ਰੇਸਿਜ਼ਮ ਹੋਈ ਆ ਤੁਸੀਂ ਦੇਖੋ ਵੀ ਜਿਹੜਾ ਹਿੰਦੂ ਸ਼ਬਦ ਆ ਮੇਰੇ ਹਿਸਾਬ ਨਾਲ ਬਹੁਤ ਪਵਿੱਤਰ ਸ਼ਬਦ ਆ ਉਹ ਜਿਹੜੇ ਉਸ ਧਰਮ ਦੇ ਲੋਕ ਨੇ ਉਹਨਾਂ ਲਈ ਉਸ عقیده ਦੇ ਲੋਕਾਂ ਲਈ ਕਿੰਨਾ ਸੋਹਣਾ ਖੂਬਸੂਰਤ ਸ਼ਬਦ ਆ ਪਰ ਜਦੋਂ ਉਹ ਸ਼ਬਦ ਕੈਨੇਡਾ ਦੀ ਧਰਤੀ ਤੇ ਇੱਕ ਉਸ ਸਮੇਂ ਦੀ ਜਿਹੜੀ ਹੁਕਮਰਾਨ ਸੀ ਉਹਨਾਂ ਵੱਲੋਂ ਵਰਤਿਆ ਗਿਆ ਉਹ ਇੱਕ ਨਸਲੀ ਸ਼ਬਦ ਬਣ ਕੇ ਰਹਿ ਗਿਆ ਇਦਾਂ ਹੀ ਪਾਕੀ ਸ਼ਬਦ ਨਸਲੀ ਬਣ ਕੇ ਰਹਿ ਗਿਆ ਈਸਟ ਇੰਡੀਅਨ ਨਸਲੀ ਸ਼ਬਦ ਉਹਦੇ ਤੋਂ ਬਾਅਦ ਚੋਂ ਇੰਡੋ ਕੈਨੇਡੀਅਨ ਆਇਆ ਔਰ ਜਿਹੜੇ ਧਾਰਮਿਕ ਲੋਕ ਚਾਹੇ ਉਹ ਸਿੱਖ ਸੀਗੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਉਹ ਉਸ ਸ਼ਬਦ ਤੋਂ ਬਚਣ ਲਈ ਉਹਨਾਂ ਨੇ ਇੱਕ ਐਸਾ ਸ਼ਬਦ ਅਪਣਾ ਲਿਆ ਭਲੇਖੇ ਵਿੱਚ ਨਾ ਸਮਝੀ ਕਹਿ ਸਕਦੇ ਆ ਉਹ ਸੀਗਾ ਸਾਊਥ ਏਸ਼ੀਅਨ ਉਸ ਸ਼ਬਦ ਨੂੰ ਉਸ ਤੋਂ ਬਚਣ ਲਈ ਉਹਦੀ ਮਾਰ ਤੋਂ ਬਚਣ ਲਈ ਕਿ ਜਿਹੜਾ ਸਿੱਖ ਹੈ ਉਹ ਉਹ ਨਹੀਂ ਚਾਹੁੰਦਾ ਕਿ ਮੈਨੂੰ ਇੰਡੋਗਨੇਡੀਅਨ ਕਹੋ ਜਾਂ ਜਿਹੜਾ ਪਾਕਿਸਤਾਨੀ ਹੈ ਉਹ ਨਹੀਂ ਚਾਹੁੰਦਾ ਮੈਨੂੰ ਇੰਡੋਗਨੇਡੀਅਨ ਕਹੋ ਸੋ ਉਹਨਾਂ ਨੇ ਨਾ ਸਮਝੀ ਜੇ ਮੈਂ ਕਹਾਂਗਾ ਮੈਂ ਬਹੁਤ ਬਹੁਤ ਖਲੀਮੀ ਨਾਲ ਮੈਂ ਕਹਿ ਰਿਹਾ ਕਿ ਨਾ ਸਮਝੀ ਚ ਉਹਨਾਂ ਨੇ ਇਹ ਅਪਣਾ ਲਿਆ ਔਰ ਇਸ ਸ਼ਬਦ ਦੇ ਨਾਲ ਤੁਸੀਂ ਦੇਖੋ ਕਿ ਫਿਰ ਜਿਹੜੇ ਆਪਣੇ ਖਾਲਸਾ ਸਾਜਣਾ ਦਿਵਸ ਨੇ ਈ ਦਿਆ ਦੀਵਾਲੀ ਆ ਚਾਹੇ ਤੁਸੀਂ ਕਰਵਾ ਚਾਹੋ ਦਾ ਵਰਤ ਆ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਸਾਰੇ ਜਿਹੜੇ ਸਮਾਗਮ ਨੇ ਜਿਹੜੀ ਆਪਣੇ ਤਿਹਾਰ ਨੇ ਇਹ ਜਦੋਂ ਸਾਊਥ ਏਸ਼ੀਆਨ ਦੇ ਖਾਕੇ ਚ ਪੈ ਜਾਂਦੇ ਨੇ ਈ ਦੇ ਦੇ ਸਾਊਥ ਏਜੀਅਨ ਸੈਲੀਬ੍ਰੇਸ਼ਨ ਦੀਵਾਲੀ ਇਸ ਸਾਊਥ ਏਜੀਅਨ ਫਿਰ ਇਹ ਕੌਣ ਲੋਕ ਨੇ ਜਿਹੜੇ ਆਪਣੇ ਨਾਲ ਕਰਨਾ ਚਾਹੁੰਦੇ ਨੇ ਔਰ ਜਿਹੜਾ ਜਿਨ੍ਹਾਂ ਦਾ ਇਹ ਕਹਿਣਾ ਆ ਵੀ ਇਸ ਐਕਡੈਮਿਕ ਵਰਲਡ ਵਰਲਡ ਮੈਂ ਉਹਨਾਂ ਨੂੰ ਕਹੂੰਗਾ ਬਈ ਸ਼ੇਮ ਔਨ ਯੂ ਜੋ ਤੁਸੀਂ ਸਿਖਾ ਰਹੇ ਹੋ ਇਸ ਵੇਸਟ ਆਫ ਐਜੂਕੇਸ਼ਨ ਤੁਸੀਂ ਮੇਰੀ ਪਛਾਣ ਮਨਫੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਰ ਔਰ ਜਿੱਥੇ ਤੱਕ ਸਾਡਾ ਜੋਰ ਲੱਗੇਗਾ ਵਾਹਿਗੁਰੂ ਦੀ ਮਿਹਰ ਨਾਲ ਅ ਅਸੀਂ ਮੰਨਸੀ ਨਹੀਂ ਹੋਵਾਂਗੇ ਕੁਝ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਜਿਹੜੀਆਂ ਤੁਸੀਂ ਕੀਤੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸ਼ਬਦ ਸਾਊਥ ਏਸ਼ੀਆਨ ਹੈ ਪ੍ਰਚਲਿਤ ਬਹੁਤ ਹੋ ਗਿਆ ਇਹ ਗੱਲ ਚਿੰਤਾ ਵਾਲੀ ਹੈ ਇਸ ਤੇ ਗੌਰ ਕਰਨਾ ਬੜਾ ਜ਼ਰੂਰੀ ਹੈ ਸ਼ਾਇਦ ਬਹੁਤ ਸਾਰੇ ਦਰਸ਼ਕਾਂ ਨੇ ਪਹਿਲੀ ਵਾਰ ਇਸ ਤੇ ਇਨੀ ਬਰੀਕੀ ਦੇ ਨਾਲ ਸੋਚਣਾ ਸ਼ੁਰੂ ਕੀਤਾ ਹੋਵੇਗਾ ਸਾਊਥ ਏਸ਼ੀਆਨ ਸ਼ਬਦ ਕਿਉਂਕਿ ਯੂਨੀਵਰਸਿਟੀ 'ਚ ਸਾਡੇ ਬੱਚੇ ਪੜ੍ਹਦੇ ਨੇ ਜ਼ਰਾ ਧਿਆਨ ਮਾਰੀਏ ਮੈਪ ਸਪੋਰਟ ਰਹੀ ਨਾ ਉੱਥੇ ਉੱਥੋਂ ਦੀ ਯੂਨੀਵਰਸਿਟੀ ਦਾ ਵਿਭਾਗ ਵੀ ਹੈ ਸਾਊਥ-ਈਸਟਨ ਸਟੱਡੀਜ਼ ਸਾਊਥ-ਏਸ਼ੀਅਨ ਐਸਈਟਰਾ ਯੂਬੀਸੀ ਐਸਐਫਯੂ ਹੋਰ ਕੈਨੇਡਾ ਦੇ ਬਾਕੀ ਹਿੱਸੇ ਇਸ ਤੋਂ ਬਾਅਦ ਅਕਾਦਮਿਕ ਸ਼ਬਦ ਦੇ ਤੌਰ ਤੇ ਜਦੋਂ ਇਹਨੂੰ ਕਿਹਾ ਜਾਂਦਾ ਹੈ ਉਹ ਹੋਰ ਵੀ ਜੰਤਾਲੀ ਗੱਲ ਹੈ ਇਹ ਵਿਦਵਾਨਾਂ ਦੀ ਗਾੜਤ ਹੈ ਆਮ ਲੋਕ ਤਾਂ ਗਲਤੀ ਨਾਲ ਬੇਸਮਝੀ ਨਾਲ ਕਰ ਸਕਦੇ ਨੇ ਵਿਦਵਾਨਾਂ ਨਹੀਂ ਤਾਂ ਬੇਸਮਝੀ ਨਹੀਂ ਹੋ ਸਕਦੀ ਉਹਨਾਂ ਨੂੰ ਤਾਂ ਪਤਾ ਹੈ ਉਹਨਾਂ ਨੇ ਇਹ ਵੀ ਪਤਾ ਹੈ ਕਿ ਕਿਸ ਤਰ੍ਹਾਂ ਇੱਕ ਭਾਈਚਾਰੇ ਦਾ ਸ਼ਬਦ ਦੂਸਰੇ ਤੇ ਲਾਗੂ ਥੋਪਿਆ ਜਾਏ ਤਾ ਫਿਰ ਉਹ ਰੇਸਿਸਮ ਨਸਲਵਾਦ ਦਾ ਪ੍ਰਤੀਕ ਬਣ ਜਾਂਦਾ ਹੈ ਕਿਉਂ ਅੱਜ ਇਹ ਗੱਲ ਕਹੀ ਜਾ ਰਹੀ ਹੈ ਵੱਡੀਆਂ ਵੱਡੀਆਂ ਕਾਨਫਰੰਸਾਂ 'ਚ ਕਿ ਸਾਊਥ ਏਸ਼ੀਆ ਨੂੰ ਸ਼ਬਦ ਜਿਹੜਾ ਹੈ ਨਸਲੀ ਵਰਤਾਰਾ ਹੈ ਇਹਦਾ ਕਾਰਨ ਕੋਈ ਹੋਏਗਾ ਦੀ ਵਜ੍ਹਾ ਹੋਏਗੀ ਕਿ ਉਹਨਾਂ ਨੂੰ ਨਹੀਂ ਪਤਾ ਇੱਕ ਹੋਰ ਵੀ ਗੱਲ ਤੁਸੀਂ ਜਦੋਂ ਯੂਨੀਵਰਸਟੀਆਂ ਦੇ ਵਿੱਚ ਚੇਰਾਂ ਸਥਾਪਿਤ ਕਰਦੇ ਹੋ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਮੈਂ ਇਹ ਸ਼ਬਦਾਂ ਦੇ ਵਿੱਚ ਖੁੱਲ੍ਹ ਕੇ ਕਹਾਂਗਾ ਕਿ 90 ਤੋਂ 95 ਫੀਸਦੀ ਇਹ ਪੈਸੇ ਦੇਣ ਵਾਲੇ ਮਾਇਆ ਦਾ ਸਹਿਯੋਗ ਦੇਣ ਵਾਲੇ ਪੰਜਾਬੀ ਨੇ ਉਹਨਾਂ ਦੇ ਵਿੱਚੋਂ ਵੀ ਅੱਗੇ 90-95% ਦੀ ਸਿੱਖ ਨੇ ਬਾਕੀਆਂ ਦੀ ਵੀ ਇੱਜ਼ਤਕਾਰ ਹੈ ਬਿਲਕੁਲ ਹਰੇਕ ਦੀ ਗੱਲ ਹੋਣੀ ਚਾਹੀਦੀ ਹੈ ਪਰ ਸੇਵਾ ਉਹ ਕਰਦੇ ਨੇ ਜਦੋਂ ਪੜਾਉਣਾ ਸ਼ੁਰੂ ਹੁੰਦਾ ਤੇ ਉੱਥੇ ਇੱਕ ਟਰਨ ਦੇ ਦਿੱਤੀ ਜਾਂਦੀ ਹੈ ਸਾਊਥ ਏਸ਼ੀਆਨ ਸਾਊਥ ਏਸ਼ੀਆਨ ਸਟੱਡੀ ਭਾਈ ਤੁਸੀਂ ਸਾਰਿਆਂ ਤੋਂ ਪੈਸੇ ਇਕੱਠੇ ਕਰੋ ਬਾਕੀ ਜਿਹੜੇ ਸਾਊਥ ਏਸ਼ੀਆਨ ਦੇ ਵਿੱਚ ਕਿਹੜੇ-ਕਿਹੜੇ ਮੁਲਕ ਆਉਂਦੇ ਨੇ ਉਹਨਾਂ ਤੋਂ ਬਰਾਬਰ ਦਾ ਹਿੱਸਾ ਪਾਓ ਬਰਾਬਰ ਦਾ ਨਾ ਤਾਂ ਕੁਸ਼ਟਾ ਪਾਓ ਤੁਸੀਂ ਜਿਹੜੀ ਪੜ੍ਹਾਈ ਖਾਣ ਪੀਣ ਨੂੰ ਉਹੀ ਗੱਲ ਹੈ ਕਿ ਕੋਈ ਹੈ ਤੇ ਡੰਡੇ ਖਾਣ ਨੂੰ ਕੋਈ ਹੈ ਫਿਰ ਇਹੀ ਗੱਲ ਹੋ ਗਈ ਸੋ ਲੋਕ ਮੂਰਖ ਬਣਾਏ ਜਾ ਰਹੇ ਨੇ ਤੇ ਬਣ ਰਹੇ ਨੇ ਤੇ ਜਦੋਂ ਇਹ ਗੱਲਬਾਤ ਜੇ ਹੁਣ ਚੰਗੇ ਚੰਗੇ ਵਿਦਵਾਨ ਚਿੰਤਕ ਜਿਨ੍ਹਾਂ ਦੇ ਵਿੱਚੋਂ ਕਲਾਕਾਰ ਵੀ ਵਿਦਵਾਨ ਵੀ ਜਿਹੜੇ ਸੁਚੇਤ ਨੇ ਉਹ ਇਹ ਕਹਿ ਰਹੇ ਨੇ ਕਿ ਮੈਂ ਸਾਊਥ ਏਸ਼ੀਅਨ ਨਹੀਂ ਮੈਂ ਮਾਨ ਮਹਿਸੂਸ ਕਰਦਾ ਆਮ ਪ੍ਰਾਊਡ ਟੂ ਬੀ ਕੈਨੇਡੀਅਨ ਸਿੱਖ ਸਿੱਖ ਕੈਨੇਡੀਅਨ ਜਾਂ ਸਿੱਖ ਕੈਨੇਡੀਅਨ ਤੋਂ ਇਲਾਵਾ ਜੇ ਮੁਸਲਮ ਕੈਨੇਡੀਅਨ ਹਿੰਦੂ ਕੈਨੇਡੀਅਨ ਕੋਈ ਵੀ ਕੈਨੇਡਾ ਦੇ ਵਿੱਚ ਆ ਤਾਂ ਇਹ ਵੀ ਅੱਧਾ ਕੁ ਸ਼ਬਦ ਵੀ ਠੀਕ ਨਹੀਂ ਇੰਡੋ ਕੈਨੇਡੀਅਨ ਇਹ ਵੀ ਮੇਰੇ ਜਾਤੀ ਤਜਰਬੇ ਅਨੁਸਾਰ ਇਹ ਸ਼ਬਦ ਵੀ ਕੋਈ ਬਹੁਤਾ ਠੁਕਮਾ ਨਹੀਂ ਹੈ ਅਸੀਂ ਕੈਨੇਡੀਅਨ ਆ ਬਾਕੀ ਸਾਡੀ ਜਿਹੜੀ ਆਇਡੈਂਟੀਟੀ ਆ ਉਹਦੇ ਨਾਲ ਲੱਗ ਗਈ ਕਹਾਣੀ ਮੁੱਕ ਗਈ ਸਾਊਥ ਏਸ਼ੀਆ ਕਿੱਥੋਂ ਆ ਗਿਆ ਕੱਲ ਨੂੰ ਕੀ ਕਰਾਂਗੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ ਸਾਊਥ ਏਸ਼ੀਆ ਨੂੰ ਸ਼ਬਦ ਆਪਣਾ ਲਿਆ ਪਰ ਕੀ ਤੁਸੀਂ ਇਸ ਬਾਰੇ ਇਹ ਜਿਹੜੇ ਲੋਕ ਆ ਇਹਨਾਂ ਨੂੰ ਤੁਸੀਂ ਵੀ ਪੁੱਛਿਆ ਹੋਵੇਗਾ ਪੰਜਾਬੀ ਹੈ ਤਾਂ ਪੰਜਾਬੀ ਜ਼ੁਬਾਨ ਹੈ ਹਿੰਦੀ ਹੈ ਹਿੰਦੀ ਜ਼ੁਬਾਨ ਹੈ ਮੁਸਲਮਾਨ ਹੈ ਜਾਂ ਉਹਦੇ ਵਿੱਚ ਵੱਖ-ਵੱਖ ਜ਼ੁਬਾਨਾਂ ਨੇ ਪਰ ਜੇ ਅਸੀਂ ਪਾਕਿਸਤਾਨੀ ਭਾਈਚਾਰੇ ਦੀ ਲਈ ਉਰਦੂ ਰੈਲੀ ਜਾਂ ਹੋਰ ਅਨੇਕਾ ਪਰ ਸਾਊਥ ਏਸ਼ੀਆ ਦੀ ਜ਼ੁਬਾਨ ਕਿਹੜੀ ਹੋਏਗੀ ਇਹ ਜ਼ਰੂਰ ਦੱਸੋ ਇਹ ਤਾਂ ਜਿਨ੍ਹਾਂ ਨੇ ਨਾਮ ਰੱਖਿਆ ਨਾ ਉਹ ਸਾਨੂੰ ਦੱਸਣ ਹਮ ਕਿ ਜਦੋਂ ਮੈਂ ਅਗੇਨ ਬੇਨਤੀ ਕਰਦਾ ਕਿ ਸਾਰੇ ਕੈਨੇਡਾ ਨੂੰ ਚਾਹੇ ਉਹ ਗੋਰੀ ਕਮਿਊਨਿਟੀ ਆ ਚਾਹੇ ਆਪਣੀ ਆ ਚਾਹੇ ਉਹ ਪੜ੍ਹੇ ਲਿਖੇ ਨੇ ਚਾਹੇ ਅਨਪੜ੍ਹੇ ਉਹ BC ਫੈਡਰਲ ਸਰਕਾਰ ਤੋਂ BC ਵਾਹਗਰੂਪ BC ਸਰਕਾਰ ਤੋਂ ਤੇ ਆਪਣੀ ਫੈਡਰਲ ਸਰਕਾਰ ਤੋਂ ਪ੍ਰਵਿਸ਼ਲ ਤੇ ਫੈਡਰਲ ਉਹ ਦੋਨਾਂ ਨੂੰ ਪੁੱਛਣ ਵੀ ਤੁਸੀਂ ਸਾਨੂੰ ਸਾਊਥ ਏਸ਼ੀਅਨ ਟਰਮ ਦੀ ਲੀਗਲ ਡੈਫੀਨੇਸ਼ਨ ਦੱਸੋ ਕੀ ਆ ਆਪਰੇਸ਼ਨਲ ਡੈਫੀਨੇਸ਼ਨ ਸਾਨੂੰ ਦੱਸੋ ਕਿਉਂਕਿ ਉਹਨਾਂ ਕੋਲ ਇਹਨਾਂ ਦੀ ਡੈਫੀਨੇਸ਼ਨ ਹੈ ਨੀਗੀ ਕਿਉਂਕਿ ਜਿਹੜਾ ਸ਼ਬਦ ਮੈਂ ਬੋਲਣਾ ਚਾਹਨਾ ਪਹਿਲਾਂ ਮੈਨੂੰ ਉਹਦੀ ਡੈਫੀਨੇਸ਼ਨ ਜ਼ਰੂਰ ਪਤਾ ਹੋਵੇ ਨਹੀਂ ਤਾਂ ਫਿਰ ਉਹ ਅਵਾਤਾਵਾ ਲੱਗੇਗਾ ਇੱਕ ਮੈਂ ਅਗੇ ਨਾਮ ਨਹੀਂ ਲਵਾਂਗਾ ਮੈਂ ਵਿਕਟੋਰੀਆ ਤੋਂ ਇੱਕ ਆਪਣੇ ਇਲੈਕਟਿਡ ਅਫੀਸ਼ਰ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਜੀ ਵੀ ਉਹਨਾਂ ਦੇ ਬੋਲ ਇਹ ਸੀਗੇ ਮੈਨੂੰ ਪੂਰਾ ਮੈਂ ਉਹਨੂੰ ਪੈਰਾਫਰੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਲੋਕਾਂ ਨੇ ਜਿਹੜੇ ਤੁਸੀਂ ਆਏ ਹੋਏ ਹੋ ਤੁਸੀਂ ਸਾਨੂੰ ਦੱਸਿਆ ਇਹ ਟਰਮ ਤੇ ਅਸੀਂ ਐਡਾਪਟ ਕਰ ਲਈਆ ਸਾਨੂੰ ਨਹੀਂ ਸੀ ਪਤਾ ਕਿ ਇਹ ਰਿਸਿਸਟਰ ਮੈਂ ਇਹ ਉਹਨਾਂ ਦੇ ਸ਼ਬਦ ਨੇ ਮੈਂ ਕਹਾਂ ਜੀ ਫਿਰ ਤੁਸੀਂ ਵਰਤਦੇ ਗਾਤੇ ਹੋ ਉਹ ਕਹਿੰਦੇ ਜੀ ਕਿਉਂਕਿ ਤੁਸੀਂ ਵਰਤਦੇ ਹੋ ਤੋ ਦੇਖੋ ਤੁਸੀਂ ਗੁਲਾਮੀ ਦੇਖੋ ਇੱਕ ਸੱਜਣ ਭੈਣ ਜੀ ਹੁਣੀ ਮੈਨੂੰ ਮਿਲੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕਿੰਨਾ ਗੁਰਬਾਣੀ ਦਾ ਪਾਠ ਕਰਦੇ ਨੇ ਬੱਚੇ ਉਹਨਾਂ ਦੇ ਗੁਰਬਾਣੀ ਦਾ ਪਾਠ ਕਰਦੇ ਨੇ ਸਾਰਾ ਕੁਝ ਹੋਣ ਦੇ ਬਾਵਜੂਦ ਉਹਨਾਂ ਦਾ ਸਿਗਾ ਵੀ ਜ਼ਿਕਰ ਵੀ ਮੈਨੂੰ ਸਾਊਥ ਇਸ਼ੀਨ ਸ਼ਬਦ ਵੀ ਠੀਕ ਲੱਗਦਾ ਤੇ ਮੇਰੇ ਦਿਲ 'ਚ ਇੱਕਦਮ ਆਇਆ ਵੀ ਪਹਿਲਾਂ ਤੁਸੀਂ ਆਪਣੀ ਕਲੈਰਿਟੀ ਜ਼ਰੂਰ ਕਰੋ ਬਿਲਕੁਲ ਕਿਉਂਕਿ ਹੁਣ ਜੇ ਕਿਸ ਨੇ ਤੱਕਿਆ ਹੀ ਹੋਇਆ ਵੀ ਜੇ ਕਿਸੇ ਨੂੰ ਪਤਾ ਹੀ ਨਹੀਂ ਵੀ ਉਹ ਗੁਲਾਮ ਹੈ ਉਹਨੂੰ ਤੁਸੀਂ ਯਾਦ ਕਰ ਨਹੀਂ ਸਕਦੇ ਉਹਨੂੰ ਤੁਸੀਂ ਏਦਾਂ ਹਲੂਣਾ ਤਾਂ ਦੇ ਸਕਦੇ ਹੋ ਪਰ ਜੇ ਹੁਣ ਅਗਲੇ ਨੇ ਮਨ ਬਣਾ ਹੀ ਲਿਆ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀ ਉੱਚੇ-ਉੱਚੇ ਆਉਂਦੇ ਆ ਤੇ ਤੁਸੀਂ ਬੈਠੇ ਹੋਏ ਹੋ ਤੁਸੀਂ ਆਪ ਗੁਲਾਮੀ ਕਿਸੇ ਆਪਣੇ ਇਕਨੋਮਿਕ ਇੰਟਰਸਟ ਲਈ ਜੇ ਲੈਣੀ ਆ ਉਹ ਤਾਂ ਚਲੋ ਠੀਕ ਹੈ ਲੈ ਲਵੋ ਪਰ ਘਟੋ-ਘਟ ਜਿਹੜੀ ਅਗਲੀ ਪੀੜ੍ਹੀ ਆ ਉਹਦੇ ਤੇ ਤਾਂ ਕੁਝ ਤਰਸ ਕਰੋ ਔਰ ਜਿਵੇਂ ਇੱਕ ਸਿੱਖ ਕੰਟੈਕਸਟ ਚੋ ਗੱਲ ਕਰਾਂਗਾ ਮੈਂ ਇਹੀ ਕਵਾਂਗਾ ਕਿ ਪੰਥ ਦਾ ਮੇਣਾ ਕਦੀ ਨਹੀਂ ਲਈਦਾ ਪੰਥ ਦਾ ਮੇਣਾ ਸਦੀਆਂ ਤੱਕ ਨਾਲ ਰਹਿੰਦਾ ਸੋ ਬੇਨਤੀ ਇਹ ਹੈ ਕਿ ਇਹ ਜਿਹੜੀ ਟਰਮ ਆ ਜਾਂ ਤਾਂ ਇਦਾਂ ਹੋਵੇ ਨਾ ਕਿ ਜਿਹੜੇ ਬਾਕੀ ਫਿਰਕੇ ਨੇ ਜਿੱਦਾ ਰੱਖ ਲੋ ਹੁਣ ਆਪਣਾ ਜਰਮਨ ਆ ਬ੍ਰਿਟਿਸ਼ ਆ ਇਟਾਲੀਅਨ ਨੇ ਉਹ ਆਪਣੇ ਆਪ ਨੂੰ ਇਸ ਮੁਲਕ ਚ ਕਹਿੰਦੇ ਨੇ ਅਸੀਂ ਵੈਸਟਰਨ ਯੂਰੋਪੀਅਨ ਆ ਜੇ ਕਹਿੰਦੇ ਹੋਣ ਜਾਂ ਸਰਕਾਰ ਉਹਨੂੰ ਤੱਕੇ ਨਾ ਕਹਾਣਾ ਚਾਹੁੰਦੀ ਹੋਵੇ ਇਦਾਂ ਹੀ ਈਸਟਰਨ ਬਲੋਕ ਕੰਟਰੀਜ਼ ਨੇ ਇਦਾਂ ਹੀ ਆਪਣੀਆਂ ਆਫਰੀਕਨ ਕੰਟਰੀਜ਼ ਨੇ ਜਾਂ ਤਾਂ ਇਹ ਫਾਰਮੂਲਾ ਤੁਸੀਂ ਸਾਰਿਆਂ ਤੇ ਅਪਲਾਈ ਕਰੋ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਕਹਾਂਗੇ ਵੀ ਇਸ ਖਿੱਤੇ ਦੀ ਸੋਚ ਇਹ ਹੈ ਪਰ ਇਸ ਖਿੱਤੇ 'ਚ ਤਾਂ ਤੁਸੀਂ ਦੇਖੋ ਜਦ ਤੁਸੀਂ ਨਾ ਫਟਾਫਟ ਇੱਕ ਵਿਕਟਮ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਨਾਲ ਕੁਝ ਹੋਇਆ ਨਹੀਂ ਹੁੰਦਾ ਪਰ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡਾ ਸਾਰਾ ਸ਼ਹਿਰ ਹੋਮੋਫੋਬਿਕ ਹੋ ਗਿਆ ਸਾਰੇ ਸ਼ਹਿਰ ਸਾਡਾ ਸਾਰਾ ਸ਼ਹਿਰ ਜਟਵਾਦੀ ਗੱਲ ਕਰ ਰਿਹਾ ਰੇਸਿਸਟ ਹੋ ਗਿਆ ਸਾਰਾ ਹੀ ਫਿਰ ਤੁਸੀਂ ਇਹ ਵੀ ਸੋਚੋ ਨਾ ਵੀ ਜੇ ਉੱਥੋਂ ਇੱਕ ਕੰਪਲੇਨ ਉੱਠ ਰਹੀ ਆ ਜਿਹੜਾ ਸਿੱਖ ਹੈ ਨਾ ਜਿੱਦਾਂ ਮੈਂ ਸਿੱਖ ਆ ਆ ਮੈਂ ਪਰਸਨ ਆਫ ਕਲਰ ਸੋ ਜਿੱਦਾਂ ਤੁਸੀਂ ਜਦੋਂ ਗੱਲ ਕਰਦੇ ਹੋ ਨਾ ਵੀ ਜਿੱਦਾਂ ਕਾਲਿਆਂ ਦੀ ਗੱਲ ਕਰਦੇ ਹੋ ਜਾਂ ਬਰਾਊਨ ਦੀ ਗੱਲ ਕਰਦੇ ਹੋ ਵੀ ਉਹ ਲਤਾੜੇ ਹੋਏ ਪੀੜਤ ਲੋਕ ਨੇ ਹਾਲਾਂਕਿ ਅਸੀਂ ਚੜ੍ਹਦੀ ਕਲਾ ਵਾਲੇ ਲੋਕ ਆ ਪਰ ਫੇਰ ਵੀ ਮੈਂ ਕਹਾਗਾ ਕਿ ਤੁਹਾਨੂੰ ਥੋੜੀ ਜ਼ੁਬਾਨ ਚ ਸਮਝਾਣ ਲਈ ਮੈਂ ਕਹਾਂਗਾ ਕਿ ਇਸੀ ਇਸ ਮਾਮਲੇ 'ਚ ਅਸੀਂ ਪੀੜਤ ਆ ਅਸੀਂ ਘਟ ਗਣਤੀ ਆ ਸੋ ਉਹਦੇ ਬਾਰੇ ਤੁਸੀਂ ਜ਼ਰੂਰ ਤੁਸੀਂ ਇਹਦਾ ਪਿਕ ਐਂਡ ਚੂਜ਼ ਨਾ ਕਰੋ ਫਿਰ ਵੀ ਕਿਹੜਾ ਪੀੜਤ ਆ ਕਿਹੜਾ ਨਹੀਂ ਪੀੜਤ ਸੋ ਉਹ ਥੋੜਾ ਆਪਣਾ ਮੈਂ ਇੱਦਾਂ ਹੀ ਕਹਿਣਾ ਉਹਨਾਂ ਵੀ ਜਦੋਂ ਤੁਸੀਂ ਸਵੇਰੇ ਬਰਸ਼ ਕਰੋ ਨਾ ਸ਼ੀਸ਼ੇ ਅੱਗੇ ਖੜ ਕੇ ਉੱਥੇ ਜ਼ਰੂਰ ਸੋਚੋ ਵੀ ਤੁਸੀਂ ਆਪਣਾ ਤੇ ਆਪਣੀ ਅਗਲੀ ਪੀੜ੍ਹੀ ਦਾ ਕੀ ਨੁਕਸਾਨ ਕਰ ਰਹੇ ਹੋ ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਬਹੁਤ ਸਾਰੇ ਜਿਹੜੇ ਇਹਨਾਂ ਯੂਨੀਵਰਸਿਟੀਆਂ 'ਚ ਬੈਠੇ ਵਿਅਕਤੀ ਨੇ ਜਾਂ ਪਾਰਲੀਮੈਂਟਾਂ ਜਾਂ ਵਿਧਾਨ ਸਭਾਾਂ ਵਿੱਚ ਜਾਂ ਸਿਟੀ ਹਾਲਾਂ ਵਿੱਚ ਬੈਠੇ ਲੋਕ ਨਹੀਂ ਉਹ ਕੀ ਸੋਚ ਕੇ ਆਜਿਆ ਕੁਝ ਕਰ ਰਹੇ ਨੇ ਕਿ ਇਸ ਦੇ ਪਿੱਛੇ ਵੋਟ ਰਾਜਨੀਤੀ ਹੈ ਜਾਂ ਫੰਡਿੰਗ ਦੀ ਸੋਚ ਹੈ ਜਾਂ ਕਿਸ ਤਰੀਕੇ ਨਾਲ ਭਮਾਉਣ ਦੇ ਵਿੱਚ ਗੁੰਮਰਾਹ ਕਰਨ ਦੇ ਵਿੱਚ ਇਹ ਸੌਖਾ ਨਿਕਲਦਾ ਕਿਉਂਕਿ ਜੇ ਸਿੱਖ ਕੈਨੇਡੀਅਨ ਕਹੀਏ ਤਾਂ ਕਈਆਂ ਨੂੰ ਦੂਜਿਆਂ ਨੂੰ ਤਕਲੀਫ ਹੋ ਜਾਂਦੀ ਹੈ ਜੇ ਮੁਸਲਮ ਕੈਨੇਡੀਅਨ ਕਹੀਏ ਤਾਂ ਦੂਜਿਆਂ ਨੂੰ ਜਾਂ ਹਿੰਦੂ ਕੈਨੇਡੀਅਨ ਕਹੀਏ ਤਾਂ ਤੀਜਿਆਂ ਨੂੰ ਸੋ ਇੱਕ ਗੋਲਮੋਲ ਜਿਹਾ ਕੰਮ ਕਰ ਲਓ ਵਿੱਚ ਹੀ ਲਪੇਟ ਲਓ ਕੋਈ ਬੁਲਾ ਰਾ ਹੁੰਦਾ ਕਿ ਨਾ 올 ਸਾਊਥ ਈਸ਼ੀਅਨ ਆਰ ਹੇਅਰ ਸਾਰੇ ਇਥੇ ਦੱਖਣੀ ਏਸ਼ੀਆਈ ਏਸੀਆ ਭਾਈਚਾਰੇ ਦੇ ਨਾਲ ਸਬੰਧਤ ਨੇ ਵਿੱਚੇ ਲਿਟ ਲੈ ਕੀ ਲੋਡ ਹੈ ਉਹਨਾਂ ਬਾਰੇ ਪਰ ਇਹ ਗੱਲ ਨੂੰ ਨਹੀਂ ਸਮਝਦੇ ਕਿ ਇਹ ਯੂਰੋਪੀਅਨ ਤੇ ਵੀ ਲਾਓ ਆਫਰੀਕਨ ਤੇ ਵੀ ਲਾਓ ਹੋਰਾਂ ਤੇ ਵੀ ਲਾਓ ਇਹ ਜਿਹੜੇ ਮਹਾਦੀਪਾਂ ਨੂੰ ਜੇ ਚੱਕ ਚੱਕ ਕੇ ਇਦਾਂ ਹੀ ਬਿਆਨ ਕਰਨਾ ਤੇ ਫਿਰ ਉੱਥੇ ਕਹਿਣ ਦੀ ਕੀ ਲੋੜ ਹੈ ਇਹ ਜਰਮਨ ਦੇ ਨੇ ਇਹ ਫਰਾਂਸ ਦੇ ਨੇ ਇਹ ਹੋਰ ਦੇ ਨੇ ਇਹ ਇੰਗਲੈਂਡ ਦੇ ਨੇ ਫਰ ਇੱਕੋ ਹੀ ਲਪੇਟੇ ਚ ਠੀਕ ਹੈ ਸਾਰੇ ਉਹਨਾਂ ਨੂੰ ਪਹਿਲਾਂ ਲਪੇਟ ਲਓ ਫਿਰ ਸਾਡੇ ਕੋਲ ਆ ਜਿਓ ਅਸੀਂ ਤਾਂ ਪਹਿਲਾਂ ਹੀ ਲਪੇਟੇ ਹੋਏ ਹਾਂ ਤੁਸੀਂ ਲਪੇਟ ਹੀ ਲਿਆ ਸਾਨੂੰ ਤਾਂ ਹੁਣ ਤੜਫਣਾ ਹੋ ਰਹੀ ਹੈ ਕਿ ਇਹ ਸਾਡੇ ਬਠਾਈ ਯੂਨੀਵਰਸਿਟੀਆਂ ਚ ਇਹ ਮਿੱਟੀ ਦੇ ਬਾਦੋ ਕੀ ਕਰਦੇ ਨੇ ਇਹ ਕੀ ਸੰਵਾਦ ਰਚਾਉਣਗੇ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਤਕਾਰ ਸਹਿਤ ਇਹ ਉਹਨਾਂ ਨੂੰ ਚੁਣੌਤੀ ਦਿੰਦੇ ਆ ਕਿ ਇੱਥੇ ਆ ਕੇ ਦੱਸੋ ਦਰਸ਼ਕਾਂ ਨੂੰ ਕਿ ਤੁਸੀਂ ਸਾਊਥ ਏਸ਼ੀਅਨ ਸ਼ਬਦ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਇਦੀ ਲੀਗਲ ਡੈਫੀਨੇਸ਼ਨ ਕੀ ਹੈ ਇਹਦੀ ਪੋਲੀਟੀਕਲ ਡੈਫੀਨੇਸ਼ਨ ਕੀ ਹੈ ਇਹਦੇ ਵਿੱਚ ਕਿਹਨੂੰ ਕਿਹਨੂੰ ਗਿਣਦੇ ਹੋ ਇਹਦੀ ਭਾਸ਼ਾ ਕਿਹੜੀ ਹੈ ਸਾਊਥ ਏਸ਼ੀਆ ਕਿੱਤੇ ਦੀ ਇਹਦੀ ਜ਼ੁਬਾਨ ਕੀ ਹੈ ਸੋ ਜੇ ਨਹੀਂ ਦੱਸ ਸਕਦੇ ਤਾਂ ਫਿਰ ਰੱਬ ਦਾ ਵਾਸਤਾ ਇਹ ਨਸਲਵਾਦ ਨਾ ਫੈਲਾਓ ਇਹ ਗਲਤ ਗੱਲ ਹੈ ਜੇ ਤੁਸੀਂ ਦੱਸ ਸਕਦੇ ਹੋ ਤਾਂ ਅਸੀਂ ਜ਼ਰੂਰ ਕਾਇਲ ਹੋ ਜਾਾਂਗੇ ਹੁਣ ਨਵਾਂ ਸਿਲਸਲਾ ਸ਼ੁਰੂ ਹੋ ਗਿਆ ਹੈ ਕਿ ਇਸ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਹੜੇ ਕਿਹੜੇ ਕਦਮ ਚੁੱਕੇ ਜਾ ਸਕਦੇ ਨੇ ਉਸ ਲਈ ਵੀ ਸਾਨੂੰ ਹੁਣ ਤੋਂ ਸਬੰਧਤ ਤੇ ਰਾਨੂੰ ਸਵਾਲ ਕਰਨਾ ਪਏਗਾ ਕਿ ਤੁਸੀਂ ਇਸ ਨੂੰ ਉਤਸ਼ਾਹਤ ਕਰ ਰਹੇ ਹੋ ਤਾਂ ਜਵਾਬ ਦਿਓ ਇੱਕ ਸਬੰਧਤ ਸਵਾਲ ਹੈ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਇਹ سلسلہ ਹੀ ਚੱਲ ਰਿਹਾ ਹੈ ਕਿ ਸਾਊਥ ਏਸ਼ੀਆਨ ਸਵਾਲ ਤਾਂ ਜਿਹੜਾ ਸ਼ਬਦ ਤਾਂ ਇਹਨਾਂ ਦੇ ਸਿਰਾਂ 'ਚ ਵਾਰ ਦਿੱਤਾ ਹੁਣ ਕਿਉਂ ਨਾ ਉਹਦੀ ਪ੍ਰਦਰਸ਼ਨੀ ਕਰ ਦਈਏ ਭਾਵੇਂ ਕੋਈ ਮਿਊਜ਼ੀਅਮ ਬਣਾ ਦਈਏ ਕੋਈ ਅਜਾਇਬ ਘਰ ਬਣਾ ਦਈਏ ਉਹਦਾ ਨਾਂ ਵੀ ਇਹੋ ਜਿਹਾ ਥੋਪ ਦਈਏ ਤਿਆਦ ਪਚਦੇ ਤੱਕ ਅਸੀਂ ਖੁਸ਼ਕਾਰੀ ਲਵਾਂਗੇ ਨਾ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਐ ਹੁੰਦਾ ਵੀ ਪਾੜੋ ਤੇ ਰਾਜ ਕਰੋ ਇਹਨਾਂ ਨੂੰ ਅੱਧੇ ਕਿਨੂੰ ਤਾਂ ਮਗਰ ਲਾ ਲੈਂਦੇ ਆ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਕੁਰਸੀਆਂ ਕਿ ਇਹਨੂੰ ਗੱਧੀਆਂ ਕਈਆਂ ਨੂੰ ਚਿਹਰਾ ਦੇ ਕੇ ਮਗਰ ਲਾ ਲੈਣਾ ਬਾਕੀਆਂ ਨੂੰ ਵੈਸੇ ਨਿੱਕੀਆਂ ਮੋਟੀਆਂ ਗਰਾਂਟਾਂ ਤੇ ਫੰਡਿੰਗ ਦੇ ਰਾਹੀਂ ਸੋ ਇਹ ਜਿਹੜਾ ਮਿਊਜ਼ੀਅਮ ਵਾਲਾ ਸਿਲਸਲਾ ਇਹ ਅਜਾਇਬ ਘਰ ਵਾਲਾ ਇਹਦੇ ਬਾਰੇ ਦੱਸੋ ਅ ਇਹਦੇ ਬਾਰੇ ਤਾਂ ਪਹਿਲਾਂ ਆਪਾਂ ਸਾਊਥ ਏਸ਼ੀਆ ਦਾ ਥੋੜਾ ਜਿਹਾ ਪਿੱਛੇ ਨੂੰ ਜਾਵਾਂਗੇ ਜਿਹੜੇ ਖੇਤੇ ਨੂੰ ਕੈਨੇਡਾ ਦੀ ਸਰਕਾਰ ਕੈਨੇਡਾ ਦਾ ਅਕੈਡਮੀਆ ਇਹ ਟਰਮ ਦੇਣਾ ਚਾਹੁੰਦਾ ਆ ਹਾਂਜੀ ਪਹਿਲਾਂ ਉੱਥੇ ਦੇਖੋ ਵੀ ਉੱਥੇ ਹਾਲਾਤ ਕਿਹੜੇ ਨੇ ਜੀ ਜੇ ਉਹ ਸਾਰੇ ਉਸ ਮੁਲਕ ਜਿਹੜੇ ਅੱਠ ਮੁਲਕ ਨੇ ਨੌਂ ਮੁਲਕ ਨੇ ਜੇ ਉਹ ਨੰਬਰ ਕਿਹੜੇ ਕਿਹੜੇ ਨੇ ਆ ਪਾਕਿਸਤਾਨ ਹੋ ਗਿਆ ਜੀ ਪੰਜਾਬ ਹੋ ਗਿਆ ਹਿੰਦੁਸਤਾਨ ਹੋ ਗਿਆ ਨੇਪਾਲ ਹੋ ਗਿਆ ਬੰਗਲਾਦੇਸ਼ ਹੋ ਗਿਆ ਸ੍ਰੀਲੰਕਾ ਹੋ ਗਿਆ ਮਾਲਦੀਵਜ਼ ਮੋਰਿਸ਼ਸ ਵੀ ਗਿਣ ਲੈਣੇ ਆਪਾਂ ਵਿੱਚ ਸੋ ਹੋਪਫੁਲੀ ਮੈਂ ਸਾਰੇ ਗਿਣ ਲੇ ਸ਼ਾਇਦ ਜੇ ਤਾਂ ਉੱਥੇ ਸਾਰੇ ਲੋਕਾਂ ਦੀ ਇਹ ਮੰਗ ਆ ਕਿ ਅਸੀਂ ਆਪਣੀ ਪਛਾਣ ਗਵਾ ਕੇ ਸਾਊਥ ਏਸ਼ੀਅਨ ਕਹਾਉਣਾ ਚਾਹੁੰਦੇ ਆ ਫੇਰ ਮੈਂ ਵੀ ਕਹਾਗਾ ਕਿ ਕੈਨੇਡਾ ਜੀ ਸਾਨੂੰ ਸਾਊਥ ਏਸ਼ੀਅਨ ਸੱਦੋ ਜੇ ਮਨੀਪੁਰ ਵਿੱਚ ਬੱਚਿਆਂ ਦੇ ਕੱਪੜੇ ਲਾ ਕੇ ਉਹਨਾਂ ਨੂੰ ਸੜਕਾਂ 'ਚ ਧੋਰਿਆ ਜਾ ਰਿਹਾ ਬਲੋਚਿਸਤਾਨ 'ਚ ਕੀ ਹੋ ਰਿਹਾ ਕਸ਼ਮੀਰ 'ਚ ਆਪਾਂ ਦੇਖਿਆ ਕੀ ਹੋ ਰਿਹਾ ਮਨੀਪੁਰ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਜੇ ਉੱਥੇ ਆਪਾਂ ਨੂੰ ਪਤਾ ਆ ਜੇ ਆਪਾਂ ਨਾ ਬਾੜੇ ਤੁਸੀਂ ਇਦਾਂ ਨਾ ਸੋਚੋ ਇਹ ਸਖਤ ਸ਼ਬਦ ਨੇ ਉੱਥੇ ਕਿਦਾਂ ਦੀ ਜੁੱਤੀ ਖੜਕਦੀ ਪਈ ਆ ਔਰ ਇਹ ਪਤਾ ਨਹੀਂ ਕੀ ਗੱਲ ਹੈ ਕਿ ਜਿਹੜੀ ਕੈਨੇਡਾ ਦੀ ਸਰਕਾਰ ਹੈ BC ਸਰਕਾਰ ਆ इवन ਜਿਹੜੇ ਹੁਣ ਗੁਰਦੁਆਰਾ ਸਾਹਿਬ 'ਚ ਸ਼ਹਾਦਤ ਹੋਈ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਉਹ ਕਿਉਂ ਠੋਸਰੇ ਨੇ ਸਾਡੇ ਉੱਪਰ ਉਸ ਖਿੱਤੇ ਵਿੱਚ ਇੱਕ ਥਾਟ ਆ ਕਿ ਅਖੰਡ ਭਾਰਤ ਯੂਨਾਈਟਿਡ ਇੰਡੀਆ ਤੇ ਇਹਨਾਂ ਸ਼ਬਦਾਂ ਦਾ ਜੇ ਇੰਗਲਿਸ਼ ਤੁਸੀਂ ਟ੍ਰਾਂਸਲੇਸ਼ਨ ਕਰੋ ਉਹ ਬਣਦਾ ਸਾਊਥ ਏਸ਼ੀਆ ਸੋ ਜਿਹੜਾ ਸਾਊਥ ਏਸ਼ੀਆ ਟਰਮ ਆ ਉਹ ਯੂਨਾਈਟਿਡ ਇੰਡੀਆ ਤੇ ਖੰਡ ਭਾਰਤ ਦਾ ਫੀਨੋਮੈਨ ਆ ਸੋ ਮੈਨੂੰ ਪਤਾ ਨਹੀਂ ਉੱਥੇ ਬਣਨਾ ਉਹ ਕਿੰਨੀ ਪਰ ਲੈਸੇ ਬਣ ਜਾਂਦਾ ਖੰਡ ਭਾਰਤ ਫਿਰ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਸਾਊਥ ਏਸ਼ੀਅਨ ਟਰਮ ਨੂੰ ਅਖੰਡ ਭਾਰਤ ਸੱਦਿਆ ਕਰੂਗੀ ਸੋ ਇਹ ਇਹ ਜਾਗਣ ਦੀ ਲੋੜ ਹੈ ਸੋ ਇਸ ਕਰਕੇ ਜਿਹੜੀ ਆਪਾਂ ਮਿਊਜ਼ੀਅਮ ਦੀ ਗੱਲ ਕਰਦੇ ਆਂ ਜਦੋਂ ਤੁਸੀਂ ਮੈਂ ਇਹਨੂੰ ਇਸ ਤਰ੍ਹਾਂ ਕਹਿਣਾ ਹੁੰਦਾ ਵੀ ਜੇ ਤੁਸੀਂ ਤੱਕਿਆ ਹੀ ਹੋਇਆ ਵੀ ਜਿਹੜੀ ਇਹ ਸਵਗਾਤ ਆ ਥਰਡ ਵਰਲਡ ਕੰਟਰੀ ਚੋਂ ਜਿਹੜੇ ਅਸੀਂ ਭੂਰੇ ਰੰਗ ਦੇ ਲੋਕ ਆਏ ਹੋਏ ਆ ਤੇ ਤੁਸੀਂ ਸਾਰਿਆਂ ਨੂੰ ਸਾਨੂੰ ਇਕੱਠਾ ਰੱਖਣਾ ਚਾਹੁੰਦੇ ਹੋ ਜਿਹਨੇ ਅਪ੍ਰੈਸ਼ਨ ਕੀਤਾ ਤੇ ਜਿਹੜਾ ਪ੍ਰੈਸ ਹੈਗਾ ਜੇ ਦੇਣੀ ਵੀ ਚਾਹੁੰਦੇ ਹੋ ਤਾਂ ਘਟੋ-ਘਟ ਸਾਨੂੰ ਨਾਮ ਤਾਂ ਸਾਰਿਆਂ ਨੂੰ ਪੁੱਛ ਲੋ ਇਹਦਾ ਕੀ ਹੋਣਾ ਚਾਹੀਦਾ ਔਰ ਮੇਰਾ ਖਿਆਲ ਆ ਕਿ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ ਇੱਕ ਫੈਡਰਲ ਨੇ ਤੇ ਇੱਕ ਪ੍ਰੋਵਿੰਸ਼ਲ ਨੇ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਹੈ ਕਿ ਅਸੀਂ ਇਹ ਨਾਮ ਨਹੀਂ ਰੱਖਾਂਗੇ ਸੋ ਇਹਦੇ ਬਾਰੇ ਇੱਕ ਐਡਵਾਈਜ਼ਰੀ ਬੋਰਡ ਬਣ ਰਹੇ ਨੇ ਉਹਦੇ ਵਿੱਚ 25 ਤੋਂ 30 ਤੱਕ ਹੋਣਗੇ ਬੰਦੇ ਹਲੇ ਉਹਨਾਂ ਦੀ ਲਿਸਟ ਨਹੀਂ ਪਤਾ ਕੌਣ ਹੋਣਗੇ ਫਿਰ ਜਦੋਂ ਉਹ ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਆਪਣੇ ਥਾਵਾਂ ਤੇ ਗੱਲ ਕਰਿਆ ਕਰਨਗੇ ਉਹਨਾਂ ਨੂੰ ਗ੍ਰਾਂਟ ਮਿਲੇਗੀ ਔਰ ਜਿਹੜੀ ਮਿਊਜ਼ੀਅਮ ਦੀ ਗੱਲ ਹੋ ਰਹੀ ਹੈ ਜਦੋਂ ਸਵਾਲ ਇਹ ਕੀਤਾ ਗਿਆ ਕਿ ਬਣਨਾ ਕਿੱਥੇ ਤੇ ਕਦੋਂ ਆ ਉਹ ਕਹਿੰਦੇ ਜੀ ਸਾਨੂੰ ਇਹ ਨਹੀਂ ਪਤਾ ਕਿੱਥੇ ਬਣਨਾ ਬੀਸੀ ਚ ਤੇ ਸਾਨੂੰ ਇਹ ਪਤਾ ਵੀ ਹੈ ਇਹ 8 ਤੋਂ 10 ਸਾਲ ਦੇ ਵਿੱਚ ਵਿੱਚ ਬਣਨਾ ਆ ਸੋ ਉਦੋਂ ਪਤਾ ਨਹੀਂ ਕਿਹੜੀ ਰਾਜਾ ਹੋਊਗੀ ਤੇ ਕਿਹੜੀ ਪਰਜਾ ਹੋਊਗੀ ਪਰ ਪਹਿਲਾਂ ਕਾਫੀ ਟੈਕਸ ਪਰ ਮਨੀ ਖਰਚ ਹੋ ਜਾਣੀ ਆ ਸੋ ਉਹਦੇ ਨਾਲੋਂ ਵਧੀਆ ਹੈ ਕਿ ਤੁਸੀਂ ਰੇਡੀਓ ਟੀਵੀ ਤੇ ਇੰਟਰਨੈਟ ਤੇ ਅਨਾਉਂਸ ਕਰ ਦਿਓ ਸਾਨੂੰ ਨਾਮ ਦੱਸੋ ਜਿਹੜਾ ਇਹਨਾਂ ਤੁਸੀਂ ਪੈਸੇ ਖਰਚ ਕੇ ਐਜੂਕੇਟ ਕਰਨਾ ਲੋਕਾਂ ਨੂੰ ਉਹ ਇੱਕ ਸਸਤੀ ਜੀ ਔਰ ਕਾਫੀ ਰੇਡੀਓ ਸਟੇਸ਼ਨ ਨੇ ਜਿਹੜੇ ਥੋੜੇ ਤੋਂ ਇਸ ਗੱਲ ਲਈ ਪੈਸੇ ਨਹੀਂ ਲਾਉਗੇ ਇੱਕ ਅਨਾਉਂਸਮੈਂਟ ਲਈ ਸੋ ਤੁਸੀਂ ਕਿਉਂ ਪੈਸਾ ਖਰਚਣਾ ਚਾਹੁੰਦੇ ਹੋ ਟੈਕਸ ਪੇਅਰ ਦਾ ਸਿਰਫ ਨਾਮ ਲਈ ਸੋ ਮੇਰੀ ਉਹ ਸਮਝ ਤੋਂ ਕਾਫੀ ਬਾਹਰ ਗੱਲ ਆ ਉਹ ਜਿੱਦਾਂ ਇਹ ਸਬਬ ਮੈਂ ਪੇ ਗ੍ਰੇਡ ਮੇਰਾ ਖਿਆਲ ਆ ਨਹੀਂ ਠੀਕ ਹੈ ਤੁਹਾਡੀ ਗੱਲ ਇਹ ਵੀ ਪਰ ਇੱਕ ਗੱਲ ਹੈ ਕਿ ਇਹ ਸਮਝ ਤਾਂ ਸਾਰਿਆਂ ਨੂੰ ਉਹਨਾਂ ਨੂੰ ਹੈ ਜਿਹੜਾ ਇਹ ਸਾਰਾ ਕੁਝ ਕਰ ਰਹੇ ਨੇ ਉਹਦੇ ਪਿੱਛੇ ਵੀ ਰਾਜਨੀਤੀ ਹੈ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੋਟਾਂ ਦੀ ਰਾਜਨੀਤੀ ਵੀ ਹੁੰਦੀ ਹੈ ਰਾਜਨੀਤਿਕ ਲੋਕਾਂ ਨੂੰ ਸੌਖਾ ਲੱਗਦਾ ਹੈ ਕਿ ਉਹ ਸਾਊਥ ਏਸ਼ੀਆਨ ਕਹੇ ਕਿ ਗੋਲ ਮੋਲ ਜਿਆ ਸਾਰਾ ਕੁਝ ਕਰ ਦੇਣਗੇ ਤੇ ਸਾਰੀਆਂ ਵੋਟਾਂ ਜੇ ਵਿੱਚ ਪਾ ਕੇ ਤੁਰਦੇ ਵੰਣਗੇ ਪਰ ਲੋਕ ਹੁਣ ਉੱਠ ਖੜੇ ਨਹੀਂ ਜੇ ਉਹ ਉਹਨਾਂ ਨੇ ਹਿੰਦੂ ਸ਼ਬਦ ਪਾਕੀ ਸ਼ਬਦ ਜਾਂ इवन ਇਸ ਤੋਂ ਇਲਾਵਾ ਜਿਹੜੇ ਆ ਰੈਡ ਇੰਡੀਅਨ ਸ਼ਬਦ ਜਾਂ ਹੋਰ ਕ੍ਰੁਕਤ ਸ਼ਬਦ ਜਿਹੜੇ ਆ ਉਹਨੂੰ ਨਸਲੀ ਸ਼ਬਦ ਕਿਹਾ ਜਾਂ ਇਹ ਸਿਸਟੇਮੈਟਿਕ ਰੇਸਿਜ਼ਮ ਇਹਦੇ ਵਿੱਚੋਂ ਝਲਕਦਾ ਤਾਂ ਫਿਰ ਸਾਊਥ ਏਸ਼ੀਅਨ ਸ਼ਬਦ ਦੇ ਵਿੱਚੋਂ ਵੀ ਝਲਕਦਾ ਹੈ ਪਰ ਗੱਲ ਇਹ ਹੈ ਕਿ ਅਸੀਂ ਉਸ ਨੂੰ ਗੰਭੀਰਤਾ ਨਾਲ ਲੈਂਦੇ ਨਹੀਂ ਸਾਡੇ ਵਰਗੇ ਨਿਕਾ ਲੋਕ ਨੇ ਜਿਵੇਂ ਪਹਿਲਾਂ ਮਸਾਲਾ ਦਿੱਤੀਆਂ ਕਿ ਕਈ ਤਾਂ ਕਹਿੰਦੇ ਹੋਊ ਪਰੇ ਚੱਲ ਐਡੀ ਕਿੱਡੀ ਗੱਲ ਹੈ ਇਹਦੇ ਤੇ ਜ਼ੋਰ ਲਾਉਣ ਦੀ ਕੀ ਗੱਲ ਹੈ ਜੇ ਸਾਊਥ ਏਸ਼ੀਆ ਕਿਹਾਗਾ ਫੇਰ ਕੀ ਫਰਕ ਪੈ ਗਿਆ ਹਾਂ ਇਹ ਗੱਲ ਹੈ ਇਹ ਉਹਨਾਂ ਨੂੰ ਵੀ ਪਤਾ ਹੈ ਢਾਂਚਾਗਤ ਨਸਲਵਾਦ ਵਾਲਿਆਂ ਨੂੰ ਕਿ ਬਹੁਤਿਆਂ ਨੂੰ ਤਾਂ ਫਰਕ ਪੈਣਾ ਹੀ ਨਹੀਂ ਉਹਨਾਂ ਨੂੰ ਕੀ ਹੈ ਦੱਬਿਆ ਕੁਚਲਿਆ ਵੀ ਹੈ ਉਹ ਵੀ ਉੱਥੇ ਹੈ ਜਿਹਨੇ ਦਬਾਇਆ ਉਹ ਵੀ ਉੱਥੇ ਹੈ ਉਹ ਕਹਿਣ ਨੂੰ ਕਹਿਣਗੇ ਪ੍ਰੋਲੋਤਰੀ ਤੇ 부ਰਜਵਾ ਦੋਨੇ ਬਖੋ ਵੱਖਰੀ ਨਹੀਂ ਉਹ ਭਾਈ ਦਬਾਤਾ ਦੋਨਾਂ ਦੇ ਵਿੱਚੋਂ ਇੱਕ ਤਾਂ ਪੀੜਤ ਹੈ ਦੂਜਾ ਜਿਹੜਾ ਹੈ ਪੀੜਾ ਦੇ ਰਿਹਾ ਅਸੀਂ ਤਾਂ ਜੀ ਨਿਰਪੱਖ ਹਾਂ ਤੇ ਗੁਰੂ ਸਾਹਿਬ ਨੇ ਤਾਂ ਕਦੇ ਨਹੀਂ ਕਿਹਾ ਨਿਰਪੱਖ ਗੁਰਬਾਣੀ ਤਾਂ ਕਹਿੰਦੀ ਆ ਕਿ ਕਿਸੇ ਦਾ ਕਿਹਦੇ ਨਾਲ ਧੜਾ ਕਿਸੇ ਦਾ ਕਿਹਦੇ ਨਾਲ ਧੜਾ ਮੇਰਾ ਉਹ ਧੜਾ ਸੱਚ ਨਾਲ ਧੜਾ ਧੜਾ ਤਾਂ ਹੋਣਾ ਹੀ ਪੈਣਾ ਇੱਕ ਜ਼ਾਲਮ ਆ ਇੱਕ ਪੀੜਤ ਆ ਇੱਕ ਬੰਦਾ ਆ ਕੇ ਕਹਿੰਦਾ ਜੀ ਮੈਂ ਤਾਂ ਨਿਰਪੱਖ ਆ ਤੇ ਲੱਖ ਲਾਹਣਤ ਹੈ ਇਹਦਾ ਮਤਲਬ ਤੂੰ ਸਿੱਧੇ ਤੌਰ ਤੇ ਜ਼ਾਲਮ ਦੇ ਨਾਲ ਖੜਾ ਇਹ ਗੱਲ ਬਹੁਤੇ ਲੋਕਾਂ ਦੀ ਹੋਈ ਆ ਮੂੰਹ ਬੰਦ ਕਰ ਲਓ ਰਿਐਕਟ ਨਾ ਕਰੋ ਸਰਗਰਮੀ ਨਹੀਂ ਦਿਖਾਣੀ ਪ੍ਰਤੀਕਰਮ ਨਹੀਂ ਕਰਨਾ ਇਹੀ ਚੀਜ਼ ਮਾਰ ਕੇ ਤਾਂ ਅੱਜ ਹਕੂਮਤਾਂ ਆਪਣਾ ਰਾਜ ਕਰ ਰਹੀਆਂ ਨੇ। ਇਹੀ ਚੀਜ਼ ਅਸੀਂ ਇੱਥੇ ਵੀ ਮਾਰ ਲਈ। ਕਈ ਵਾਰੀ ਸਵਾਲ ਆਉਂਦਾ ਬਹੁਤ ਸਾਰੇ ਸੁਲਝੇ ਵਿਅਕਤੀ ਇਹ ਗੱਲ ਨੂੰ ਵਿਚਾਰਦੇ ਵੀ ਨਹੀਂ ਕਿ ਉੱਥੇ ਤਾਂ ਸਟੇਟ ਦਾ ਜਿਹੜਾ ਪ੍ਰੈਸ਼ਨ ਆ ਧੱਕਾ ਬਹੁਤ ਹੋ ਰਿਹਾ। ਨਹੀਂ ਬੋਲਦੇ। ਇੱਥੇ ਕਿਹੜੀ ਡਾਂਗ ਖੜਕਦੀ ਐ ਸਿਰ ਤੇ? ਇੱਥੇ ਤਾਂ ਬੋਲ ਲਓ। ਇੱਥੇ ਵੀ ਮੋਂਚ ਘੁੰਗਣੀਆਂ ਪਾਈਆਂ ਨੇ। ਚਲ ਕੋਈ ਬੋਲਣਾ, ਸਾਨੂੰ ਕੀ ਐ? ਇਹ ਦੂਜਾ ਬੋਲ ਲੂ। ਜੇ ਕੰਮ ਹੋਊ ਤਾਂ ਮੈਨੂੰ ਵੀ ਮਿਲ ਜਾਊ। ਨਹੀਂ ਤਾਂ ਜਿੱਥੇ ਬੈਠਿਆ ਠੀਕ ਐ। ਦੁਕਾਨਦਾਰੀ ਚ ਲਈ ਜਾਂਦੀ ਆ 20 40 ਸਾਲ ਹੈਨ ਕੱਟ ਕੇ ਤੁਰਦੇ ਬਣਾਗੇ ਸਾਨੂੰ ਕੋਈ ਨਹੀਂ ਸੋ ਆਏ ਗਏ ਤੇ ਮਰ ਗਏ ਮੁੱਕ ਗਏ ਕਹਾਣੀ ਮੁੱਕ ਗਈ ਕੋਈ ਨਹੀਂ ਇਹੋ ਜੀ ਗੱਲ ਇਹਦੇ ਚ ਪੌਣ ਕੱਢਣ ਨੂੰ ਕੁਛ ਨਹੀਂ ਜ਼ਿੰਦਗੀ ਉਹਨਾਂ ਦੀ ਹੈ ਜਿਹੜੇ ਜਿਉਂਦੇ ਨੇ ਤੇ ਇਸੇ ਵਾਸਤੇ ਸ਼ਾਇਰਾਂ ਨੇ ਟੰਗਣਾ ਜੇ ਅਸੀਂ ਕਹਿੰਨੇ ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਮਰਦਾ ਤਾਂ ਕਿਆ ਖਾਕ ਜਿਆ ਕਰਦੇ ਸੋ ਅਸੀਂ ਇਸ ਤਰ੍ਹਾਂ ਜਿਉਣਾ ਤਾਂ ਲਾਹਣ ਤੇ ਜਿਉਣ ਤੇ ਸਾਨੂੰ ਤਾਂ ਗੁਰੂ ਸਾਹਿਬ ਨੇ ਹਰ ਪੱਖੋਂ ਹੀ ਸਚੇਤ ਕੀਤਾ ਜੇ ਜੀਵੈ ਪਤ ਲੱਥੀ ਜਾਏ ਸਭ ਰਾਮ ਜੀਤਾ ਕਿਛ ਖਾਈ ਸੋ ਪਤਲਾ ਕੇ ਜਿਉਣ ਦਾ ਕੋਈ ਫਾਇਦਾ ਨਹੀਂ ਹੈ ਸੋ ਅਸੀਂ ਉੱਠੀਏ ਜਾਗੀਏ ਜਿਹੜਾ ਵੀ ਤੱਕੇਸ਼ਾਈ ਦਾ ਤਰੀਕਾ ਹੈ ਉਸ ਨੂੰ ਰੋਕੀਏ ਚਾਹੇ ਉਹ ਸ਼ਬਦਾਵਲੀ ਦੇ ਵਿੱਚ ਹੈ ਚਾਹੇ ਉਹ ਵਿਹਾਰ ਦੇ ਵਿੱਚ ਹੈ ਤੇ ਆਪਣੇ ਅੰਦਰ ਇਹ ਪਾ ਲਈਏ ਕਿ ਅਸੀਂ ਸਰਬੱਤ ਦੀ ਸੋਚ ਨੂੰ ਭਲੇ ਦੀ ਸੋਚ ਨੂੰ ਲੈ ਕੇ ਚੱਲਦੇ ਹਾਂ ਪਰ ਇਸ ਨੂੰ ਪਛਾਣ ਤੇ ਜ਼ੁਬਾਨ ਗਵਾ ਕੇ ਕਦੇ ਨਹੀਂ ਅਸੀਂ ਸਿੱਖ ਸਕਦੇ ਇਹ ਗੱਲ ਨੂੰ ਆਮ ਕਰਕੇ ਲਿਆ ਜਾਂਦਾ ਹੈ ਕਿ ਜਿਹੜੇ ਇਹ ਲਫ਼ਜ਼ ਨੇ ਜਾਂ ਜਿਹੜੇ ਸ਼ਬਦ ਨੇ ਜਿਹੜੀ ਇਹ ਸੋਚ ਹੈ ਇਸ ਨੂੰ ਕਿਉਂ ਇੰਨਾ ਗੱਲਾਂ ਨੂੰ ਲੈ ਕੇ ਇੰਨਾ ਰੋਲ ਖਚੋਲ ਪਾਇਆ ਜੋ ਚੱਲਦਾ ਚੱਲੀ ਜਾਂਦਿਓ ਅਸੀਂ ਬਹੁਤਾਂ ਯੂਨੀਵਰਸਿਟੀਆਂ ਤੇ ਫੇਰ ਆਉਣੇ ਆ ਜਾਂ ਵਿਦਿਅਕ ਅਦਾਰਿਆਂ ਤੋਂ ਇਲਾਵਾ ਸਿਆਸਦਾਨਾਂ ਤੇ ਵੀ ਆਉਣੇ ਆ ਇਹ ਸਿਆਸਤਦਾਨਾਂ ਦੇ ਵੱਲੋਂ ਵੀ ਮੀਡੀਆ 'ਚ ਪ੍ਰਚਾਰ ਕੀਤਾ ਗਿਆ ਤੇ ਮੀਡੀਆ ਵੀ ਇਸ ਨੂੰ ਅਪਣਾ ਚੁੱਕਿਆ ਜੀ ਮੇਰਾ ਜੀ ਇਹ ਖਿਆਲ ਹੈ ਵੀ ਜੇ ਤੁਸੀਂ ਮੰਨ ਲਓ ਉਹ ਕੋਈ ਵਪਾਰ ਕਰਨਾ ਹੈ ਜੀ ਤੁਸੀਂ ਉਹਦਾ ਨਾਮ ਰੱਖਣਾ ਸਾਊਥ ਏਸ਼ੀਅਨ ਡਿਸਟ੍ਰਿਬਿਊਸ਼ਨ ਲਸੇ ਉਹ ਤੁਸੀਂ ਜੀ ਸਾਥ ਕੇ ਰੱਖੋ ਪਰ ਐਦਾਂ ਨਾ ਫਿਰ ਕਹੋ ਕਿ ਆ ਮੈਂ ਸਾਊਥ ਏਸ਼ੀਅਨ ਕੈਨੇਡੀਅਨ ਐਦਾਂ ਹੀ ਜਿੱਦਾਂ ਜੇ ਤੁਸੀਂ ਯੂਬੀਸੀ ਚ ਪੜਦੇ ਹੋ ਤੁਸੀਂ ਯੂਬੀਸੀ ਕੈਨੇਡੀਅਨ ਨਹੀਂ ਹੈਗੇ ਜੇ ਕਿਸੇ ਸਿੱਖਾਂ ਦਾ ਜਵਾਕ ਜਾਂ ਮੁਸਲਮਾਨਾਂ ਹਿੰਦੂਆਂ ਦਾ ਜਵਾਕ ਉੱਥੇ ਪੜਦਾ ਨਾ ਐਦਾਂ ਹੀ ਜੇ ਮਗਿਲ ਯੂਨੀਵਰਸਿਟੀ ਚ ਪੜਦੇ ਹੋ ਤੁਸੀਂ ਮਗਿਲ ਕੈਨੇਡੀਅਨ ਨਹੀਂ ਹੈਗੇ ਇਦਾਂ ਜੇ ਤੁਸੀਂ ਐਪਲ ਦੇ ਸਟੋਰ 'ਚ ਕੰਮ ਕਰਦੇ ਹੋ ਤੁਸੀਂ ਐਪਲ ਕੈਨੇਡੀਅਨ ਨਹੀਂ ਹੈਗੇ ਚੀਜ਼ਾਂ ਦੇ ਨਾਮ ਰੱਖੀ ਜਾਓ ਵਪਾਰ ਦੇ ਵਿਸ਼ਾਖ ਰੱਖੀ ਜਾਓ ਪਰ ਜਦੋਂ ਤੁਸੀਂ ਆਪਣੀ ਆਈਡੈਂਟੀਟੀ ਦੀ ਗੱਲ ਕਰਨੀ ਆ ਉੱਥੇ ਥੋੜੀ ਤੁਸੀਂ ਕਹਿਣਾ ਵੀ ਨਾਓ ਆਮ ਸਾਊਥ ਈਸ਼ੀਅਨ ਕੈਨੇਡੀਅਨ ਕਿਉਂਕਿ ਮੇਰੇ ਵਪਾਰ ਦਾ ਨਾਮ ਹੈ ਉਹ ਉੱਥੇ ਤਾਂ ਤੁਸੀਂ ਸਿੱਖ ਕੈਨੇਡੀਅਨ ਮੁਸਲਮਾਨ ਕੈਨੇਡੀਅਨ ਜੋ ਵੀ ਤੁਹਾਡੀ ਪਛਾਣ ਆ ਉਹ ਉਹ ਤੁਹਾਨੂੰ ਕਹਿਣੀ ਚਾਹੀਦੀ ਆ ਉਹ ਉੱਥੇ ਤੁਸੀਂ ਹਿਰਫੇਰੀ ਥੋੜੀ ਕਰੋਗੇ ਔਰ ਕਿਸੇ ਦਾ ਦਬਾਅ ਥੋੜੀ ਚੱਲੂਗੇ ਬਈ ਇਹ ਤਾਂ ਇਦਾਂ ਹੋ ਗਿਆ ਵੀ ਜੇ ਕੋਈ ਸੋਚਦਾ ਹੈ ਨਾ ਵੀ ਇਹ ਟਰਮ ਲਾ ਕੇ ਅਸੀਂ ਬੜੇ ਇਨਕਲੂਸਿਵ ਹੋ ਜਾਂਦੇ ਆ ਤੇ ਇਦਾਂ ਹੈ ਨਹੀਂ ਇਹ ਮੈਂ ਇੱਕ ਆਪਣੇ ਇਲੈਕਟਿਡ ਅਫੀਸ਼ਰ ਨੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਜੀ Hindu ਜਿਹੜਾ ਸ਼ਬਦ ਆ ਉਹ BC ਦੀ ਇਵਨ ਫੈਡਰਲ ਲੈਜਿਸਲੇਸ਼ਨ ਤੇ ਵਿੱਚ ਲਿਖਿਆ ਹੋਇਆ ਪਰ ਉਦੋਂ ਇਹ ਰੇਸਿਸ ਸ਼ਬਦ ਨਹੀਂ ਸੀਗਾ ਸੋ ਮੈਂ ਕਹਿੰਦਾ ਮਤਲਬ ਇਹ ਹੋਇਆ ਜੇ 뮤ਜ਼ੀਅਮ ਉਦੋਂ ਬਣਨਾ ਹੁੰਦਾ ਤੁਸੀਂ ਉਹਦਾ ਨਾਮ ਫਿਰ Hindu Museum ਰੱਖ ਦੇਣਾ ਸੀ ਇਆ ਬਾਕੀ ਮਿਊਜ਼ੀਅਮ ਰੱਖ ਦੇਣਾ ਸੀਗਾ ਸੋ ਜਿਹੜੇ ਜਿਨ੍ਹਾਂ ਨੂੰ ਕਈ ਵਾਰੀ ਦੱਸਣਾ ਪੈਂਦਾ ਕਿ ਭਾਈ ਇਹ ਗਲਤੀ ਨਾ ਕਰੋ ਜਿੱਦਾਂ ਇੱਕ ਪ੍ਰੋਫੈਸਰ ਨੇ ਐਫਐਸਵੀਯੂ ਤੋਂ ਪ੍ਰੋਫੈਸਰ ਡੌਮ ਉਹਨਾਂ ਨੂੰ ਮੈਂ ਕਿਹਾ ਬੈਗਿੰਗ ਯੂ ਡੂ ਨਾਟ ਡੂ ਦਿਸ ਹਿਸਟੋਰੀਕਲ ਬਲੰਡਰ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਬਹਿ ਕੇ ਇਹਦੇ ਬਾਰੇ ਗੱਲ ਕਰਾਂਗੇ ਸੋ ਇਹ ਤੁਸੀਂ ਖਿਆਲ ਰੱਖੋ ਜੋ ਆਪਾਂ ਇਥੋਂ ਦੀਆਂ ਫਰਸ ਨੇਸ਼ਨਸ ਦੇ ਨਾਲ ਜਦੋਂ ਮੈਂ ਆਪਾਂ ਕਹਿੰਦਾ ਐਜ਼ ਅ ਕੈਨੇਡੀਅਨ ਜੋ ਉਹਨਾਂ ਨਾਲ ਧੱਕੇ ਕੀਤੇ ਹੋਏ ਨੇ ਔਰ ਉਹਨਾਂ ਦੇ ਜਦੋਂ ਆਪਾਂ ਸਕੂਲਾਂ ਦੇ ਨਾਮ ਰੱਖਦੇ ਨਾ ਰੈ residențial ਸਕੂਲਸ ਬਈ ਪਤਾ ਹੀ ਨਾ ਲੱਗੇ ਕਿ ਇਹਨੇ ਕਿਹਦੇ ਨਾਲ ਧੱਕਾ ਕੀਤਾ ਕੌਣ ਪੀੜਤ ਆ ਕੌਣ ਉੱਪਰੋਂ ਅਪਰੈਸਰ ਆ ਕੁਝ ਨਹੀਂ ਪਤਾ ਲੱਗ ਰਿਹਾ ਜਦੋਂ ਆਪਾਂ ਕਹਿੰਦੇ ਨਾ ਰੈ residențial ਸਕੂਲ ਪਰ ਕੀਤਾ ਕਿਹਨੇ ਧੱਕਾ ਉਹ ਸ਼ਬਦ ਚੋਂ ਕੁਝ ਨਹੀਂ ਪਤਾ ਲੱਗ ਰਿਹਾ ਏਸੀ ਤਰ੍ਹਾਂ ਤੁਸੀਂ ਕਦੀ ਇਦਾਂ ਖਿਆਲ ਕਰਕੇ ਦੇਖੋ ਵੀ ਕਦੀ ਗੁਰਦੁਆਰਾ ਸਾਹਿਬ ਦੇ ਕਿਸੇ ਦੇ ਵੀ ਨਾਮ ਇਦਾਂ ਹੋਊਗੇ ਸਾਊਥ ਏਸ਼ੀਅਨ ਗੁਰੂ ਘਰ ਹਮ ਮਤਲਬ ਪਰ ਕਈ ਧਾਰਮਿਕ ادارے ਮੈਂ ਨਾਮ ਨਹੀਂ ਲੈਣਾ ਉਹਨਾਂ ਦੇ ਤੁਸੀਂ ਆਪ ਸਰਚ ਕਰੋ Google ਤੇ ਉਹਨਾਂ ਨੇ ਨਾਮ ਰੱਖ ਲੈਨੇ ਰਜਿਸਟਰ ਕਰਾਏ ਰਜਿਸਟਰ ਉਹ ਖੈਰ ਉਹ ਸਿੱਖ ਧਰਮ ਦੇ ਹੈ ਨਹੀਂ ਇਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਗਾ ਪਰ ਤੁਸੀਂ ਆਪ ਦੇਖੋ ਬਈ ਸਾਊਥ ਏਸ਼ੀਅਨ ਡਾ ਡਾ ਸੋ ਜਦੋਂ ਸਾਡੇ ਬੱਚੇ ਜਿਹੜੇ ਮੁਸਲਮਾਨ ਹਿੰਦੂ ਸਿੱਖ ਜਦੋਂ ਵੱਡੇ ਹੋਣਗੇ ਫਿਰ ਜਦੋਂ ਉਹ ਕਹੋਗੇ ਵੀ ਅਸੀਂ ਪ੍ਰੇ ਕਰਨ ਜਾਣਾ ਉਹ ਕਿੱਥੇ ਜਾਣਗੇ ਉਹ ਉਹ ਉਹਨਾਂ ਧਰਮਸਥਾਨਾਂ 'ਚ ਜਾਣਗੇ ਹਾਲਾਂਕਿ ਮੈਂ ਬਹੁਤ ਰਿਸਪੈਕਟਫੁਲੀ ਹੈ ਕਿ ਮੈਂ ਆਮ ਤੌਰ ਤੇ ਕਹਿੰਦਾ ਨਹੀਂ ਹੁੰਦਾ ਪਰ ਮੈਨੂੰ ਕਹਿਣੀ ਪੈ ਰਹੀ ਇਹ ਗੱਲ ਕਿ ਇਹ ਸ਼ਬਦ ਦਾ ਤੁਸੀਂ ਡੈਮੇਜ ਦੇਖੋ ਕਿ ਅੱਜ ਤੋਂ ਜਦੋਂ 50 ਸਾਲ ਬਾਅਦ ਜਿੱਦਾਂ ਆਪਾਂ ਕੰਪਲੇਨ ਕਰਦੇ ਆ ਨਾ ਵੀ ਜਿਹੜੇ ਨੇਟਿਵਸ ਨੇ ਜਿਹੜੇ ਫਰਸਨੇਸ਼ਨ ਨੇ ਉਹਨਾਂ ਨੂੰ ਆਹਾ ਕਿਹਾ ਜਾਂਦਾ ਸੀ ਔਰ ਜਾਂ ਜਿੱਦਾਂ ਆਪਾਂ ਮੇਣਾ ਮਾਰਦੇ ਆ ਕਿ ਮਾਸਟਰ ਤਾਰਾ ਸਿੰਘ ਨੇ ਇਦਾਂ ਕਰਤਾ ਬਲਦੇਵ ਸਿੰਘ ਨੇ ਇਦਾਂ ਕਰਤਾ ਇਦਾਂ ਹੀ ਅਗਲੀਆਂ ਪੀੜ੍ਹੀਆਂ ਨੇ ਆਪਾਂ ਨੂੰ ਮੇਣਾ ਮਾਰਨਾ ਵੀ ਪੜੇ ਲਿਖੇ ਅਨਪੜੋ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਸ ਸ਼ਬਦ ਨਾਲ ਡੈਮੇਜ ਕੀ ਹੋਣਾ ਆ ਹੂੰ ਸੋ ਇਸ ਕਰਕੇ ਇਸ ਬਾਰੇ ਮੈਨੂੰ ਸ਼ਾਇਦ ਕਾਫੀ ਕਲੈਰਿਟੀ ਆ ਇਸ ਕਰਕੇ ਮੈਂ ਸ਼ਾਇਦ ਜਿੱਦੂ ਗੱਲ ਕਰਦਾ ਨਾ ਔਰ ਜਿਹੜਾ ਸਾਡਾ ਸਾਰਾ ਪ੍ਰੋਸੈਸ ਇਸ ਵੈਰੀ ਪੀਸਫੁਲ ਵੈਰੀ ਡੈਮੋਕਰੈਟਿਕ ਉਹਦੇ ਕਰਕੇ ਪਰ ਸਾਨੂੰ ਕਲੈਰਿਟੀ ਬਹੁਤ ਹੈ ਇਸ ਬਾਰੇ ਪਰ ਜੇ ਮੇਰੀ ਆਵਾਜ਼ ਥੋੜੀ ਜਿਹੀ ਉੱਚੀ ਹੋ ਜਾਂਦੀ ਆ ਉਹ ਇਸ ਕਰਕੇ ਹੋ ਜਾਂਦੀ ਆ ਕਿ ਮੈਨੂੰ ਆਪਣੇ ਪੜੇ ਲਿਖਿਆਂ ਤੇ ਬਹੁਤ ਜ਼ਿਆਦਾ ਦੋਖਿਆ ਵੇ ਯਾਰ ਇਨਾ ਪੜ੍ਹ ਲਿਖ ਕੇ ਇਸ ਤੁਸੀਂ ਵੇਸਟ ਆਫ ਐਜੂਕੇਸ਼ਨ ਕਰ ਦਿੱਤੀ ਆ ਬਹੁਤ ਜ਼ਿਆਦਾ ਦੁੱਖਿਆ ਮੈਨੂੰ ਬਿਲਕੁਲ ਜੀ ਉਹ ਗੱਲ ਪ੍ਰੋਫੈਸਰ ਮੋਹਨ ਸਿੰਘ ਹਰਾਂ ਦੀ ਪੜ ਪੜ ਕੇ ਪੁਸਤਕ ਢੇਰ ਕੁੜੇ ਮੇਰਾ ਵੱਧਾ ਜਾਏ ਹਨੇਰ ਕੁੜੇ ਇਹ ਵੀ ਆ ਪੜ ਪੜ ਗੱਡੀ ਲਦੀਏ ਇਹ ਵੀ ਹੈ ਕਿ ਪੜਿਆ ਮੂਰਖ ਆਖੀਏ ਬਹੁਤ ਖੁਸ਼ ਹੈ ਇਹ ਇਹ ਪੜਾਈ ਦਾ ਮਤਲਬ ਇਹ ਹਰਕ ਜ਼ਿੰਦਗੀ ਵੀ ਹੁੰਦਾ ਹੈ ਪੜਾਈ ਮਾੜੀ ਨਹੀਂ ਪੜਾਈ ਚੰਗੀ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਫੈਲੇ ਵਿਦਿਆ ਚਾਨਣ ਹੋਏ ਵਿਦਿਆ ਬਹੁਤ ਚੰਗੀ ਗੱਲ ਹੈ ਪਰ ਉਹ ਖੇਤੀ ਜਿਸ ਨੂੰ ਪਾਣੀ ਨਾਲ ਸਿੰਚਿਆ ਜਾਣਾ ਕਈ ਵਾਰ ਪਾਣੀ ਹੀ ਖੇਤੀ ਨੂੰ ਮਾਰ ਦਿੰਦਾ ਜਦੋਂ ਪਾਣੀ ਹੜ ਦਾ ਰੂਪ اختیار ਕਰ ਜਾਏ ਤਾਂ ਉਹ ਪੂਰੇ ਦਾ ਪੂਰਾ ਜਿਹੜਾ ਖੇਤ ਹੈ ਉਹਨੂੰ ਤਬਾਹ ਕਰ ਦਿੰਦਾ ਸੋ ਕਈਆਂ ਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਹੜ ਬਣ ਗਈ ਹੈ ਉਹਨਾਂ ਨੇ ਪੈਨ ਪੂਰੇ ਦਾ ਪੂਰੇ ਜਿਹੜੇ ਖੇਤ ਆ ਉਜਾੜ ਦਿੱਤੇ ਨੇ ਇਹ ਪੜ੍ਹਾਈ ਰੋਗ ਹੈ ਇਸ ਤਰ੍ਹਾਂ ਦੀ ਵਿਦਿਆ ਹੰਕਾਰ ਵਿਦਿਆ ਦਾ ਬਹੁਤ ਹੈ ਮੈਂ ਬਹੁਤ ਪੜ੍ਹਿਆ ਲਿਖਿਆ ਮੇਰੇ ਅਰਗਾ ਇੱਥੇ ਬਹੁਤ ਵਿਦਵਾਨ ਕੋਈ ਨਹੀਂ ਹੈ ਇਹ ਵਿਦਵਾਨੀ ਦੀ ਬਿਮਾਰੀ ਬਹੁਤ ਲੋਕਾਂ ਨੂੰ ਹੈ ਮੈਂ ਇਦਾਂ ਚਰ ਪਹਿਲਾਂ ਇਨੀਆਂ ਕਿਤਾਬਾਂ ਲਿਖੀਆਂ ਤੇ ਪੜ੍ਹੀਆਂ ਤੇ ਮੈਂ ਹੁਣ ਪ੍ਰਵਾਹ ਕਰਦਾ ਹੁਣ ਵੀ ਜਿਹੜੇ ਆ ਰਹੇ ਨੇ ਉਹਨਾਂ ਦੀ ਵੀ ਸੁਣ ਲਓ ਜਿਹੜੇ ਇਹ ਲੋਕ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਆ ਰਹੇ ਨੇ ਪਿਛਲੀਆਂ ਗਲਤੀਆਂ ਨੂੰ ਠੀਕ ਕਰੋ ਪਿੱਛੇ ਗੁਰਦੁਆਰਿਆਂ ਨੂੰ ਸਿੱਖ ਟੈਂਪਲ ਲਿਖਿਆ ਜਾਂਦਾ ਸੀ ਤੇ ਉਸ ਵੇਲੇ ਇਸ ਗੱਲ ਦੀ ਨਹੀਂ ਜਾਣਕਾਰੀ ਸੀ ਜਾਂ ਇਸ ਗੱਲ ਨੂੰ ਅ ਅਪਣਾ ਲਿਆ ਗਿਆ ਪਰ ਹੁਣ ਤੁਸੀਂ ਟੈਂਪਲ ਕਹੋਗੇ ਗੁਰਦੁਆਰੇ ਨੂੰ ਜੇ ਕਹਿੰਦੇ ਆ ਤਾਂ ਫਿਰ ਇਹ ਸਾਡੀ ਮਹਾਮੂਰਖਤਾ ਹੈ ਸਿੱਖ ਗੁਰਦੁਆਰਾ ਹੀ ਹੋ ਸਕਦਾ ਸਿੱਖ ਟੈਂਪਲ ਨਹੀਂ ਹੋ ਸਕਦਾ ਟੈਂਪਲ ਆਪਣੇ ਤਾਂ ਆ ਮੁਕੱਦਸ ਤਾਂ ਜਿੰਨਾ ਦਾ ਹੈ Google ਤੇ ਸਰਚ ਕਰੋ ਤੁਸੀਂ ਜਾਂ ਹੋਰ ਡਿਕਸ਼ਨਰੀ ਕਰੋ ਆਕਸਫੋਰਡ ਤੋਂ ਲੈ ਲਓ ਟੈਂਪਲ ਉਹ ਆ ਜਿੱਥੇ ਜਿਹੜੀਆਂ ਮੂਰਤੀਆਂ ਦੀ ਪੂਜਾ ਹੁੰਦੀ ਹੈ ਗੋਡ ਗੌਡਸ ਦੀ ਤੇ ਇੱਥੇ ਮੂਰਤੀ ਪੂਜਾ ਕਰਦੇ ਆ ਨਹੀਂ ਇੱਥੇ ਸ਼ਬਦ ਗੁਰੂ ਹੈ ਲਿਵਿੰਗ ਗੁਰੂ ਹੈ ਤੇ ਇੱਥੇ ਬਾਣੀ ਦੀ ਗੱਲ ਹੈ ਟੈਂਪਲ ਕਿਵੇਂ ਹੋ ਗਿਆ ਫਿਰ ਸੰਗਤ ਲਈ ਕੰਗregation ਸ਼ਬਦ ਘੜ ਲਿਆ ਸ਼ਬਦਾਂ ਦੀ ਤਾਂਗਲ ਕਰ ਰਹੇ ਆ ਕਿਉਂਕਿ ਅਸੀਂ ਕਾਪੀ ਕਿਵੇਂ ਮਾਰਦੀ ਹੈ ਸਾਊਥ ਏਸ਼ੀਆਨ ਵਾਲਾ ਜੋ ਹਾਲ ਹੈ ਕੰਗregation ਸਾਡੇ ਬੜੇ ਕਹਿੰਦੇ ਘੌਂਦੇ ਕਹਿਣਗੇ ਕਿਉਂ ਜੀ ਸੰਗਤ ਕਈ ਗੋਰਿਆਂ ਨੂੰ ਸਮਝ ਨਹੀਂ ਆਉਂਦੀ ਇਹ ਤੁਹਾਡੀ ਦਿੱਕਤ ਹੈ ਤੁਹਾਡੀ ਦਿੱਕਤ ਨਹੀਂ ਹੈ ਸਾਨੂੰ ਦੱਸਣਾ ਚਾਹੀਦਾ ਕਿ ਸਾਡਾ ਇਹ ਸ਼ਬਦ ਹੈ ਮੀਨਸ ਕਲੈਕਟਿਵਲੀ ਸਾਰੇ ਇਕੱਠੇ ਹੋਏ ਆ ਤਾਂ ਅਸੀਂ ਉੱਥੇ ਸੰਗਤ ਕਹਿੰਦੇ ਸੰਗਤ ਦੀ ਡੈਫੀਨੇਸ਼ਨ ਉਹ ਨਹੀਂ ਹੈ ਜਿਹੜੀ ਕੰਗregation ਦੀ ਹੈ ਲੰਗਰ ਜੀ ਫ੍ਰੀ ਕਿਚਨ ਹੈ ਇਹ ਫ੍ਰੀ ਕਿਚਨ ਵਾਲਾ ਗੱਲ ਨਹੀਂ ਇਹ ਲੰਗਰ ਦਾ ਕਨਸੈਪਟ ਹੈ ਇਕੁਐਲਿਟੀ ਸਮਾਨਤਾ ਬਰਾਬਰਤਾ ਆਤਮਿਕ ਸ਼ੁੱਧੀ ਦਾ ਚਿੰਤਨ ਦਾ ਬૌਧਿਕਤਾ ਦਾ ਬਰਾਬਰਤਾ ਦਾ ਰੋਹਾਨੀਅਤ ਦਾ ਪ੍ਰਤੀਕ ਹੈ ਅਸੀਂ ਫ੍ਰੀ ਕਿਚਨ ਚ ਬਦਲ ਲਿਆ ਫਿਰ ਫਿਰ ਵਾਹਿਗੁਰੂ ਸ਼ਬਦ ਹੈ ਉੱਥੇ ਥੱਲੇ ਜਦੋਂ ਟ੍ਰਾਂਸਲੇਸ਼ਨ ਆਉਂਦੀ ਹੈ oh my lord lord ਫਿਰ ਵਾਹਿਗੁਰੂ ਲਿਖਣ ਦੀ ਕੀ ਲੋੜ ਸੀ ਕਿਉਂ ਨਹੀਂ ਤੁਸੀਂ ਉਹ ਸ਼ਬਦ ਨੂੰ ਐਜ਼ ਇਟ ਇਜ਼ ਲਿਖ ਦੇ ਵਾਹਿਗੁਰੂ ਸ਼ਬਦ ਲਿਖੋ ਨਾਲ ਡਿਫਾਈਨ ਕਰੋ ਕਿ ਸਾਡੇ ਵਾਹਿਗੁਰੂ ਸ਼ਬਦਾ ਇਹ ਪਰਿਭਾਸ਼ਾ ਅਰਥ ਹੈ ਕੀ ਗੱਲ ਅਸੀਂ ਕਿਉਂ ਨਹੀਂ ਲਿਖ ਸਕਦੇ ਸਾਡੇ ਸਾਰੇ ਸ਼ਬਦਾਂ ਨੂੰ ਅਸੀਂ ਚੁੱਪ ਕਰਕੇ ਇਦਾਂ ਹੀ ਬਣਾ ਲਿਆ ਆਖੇ ਜੀ ਇਹ ਸ਼ਬਦ ਲੋਕਾਂ 'ਚ ਪ੍ਰਚਲਿਤ ਨਹੀਂ ਤੇ ਪ੍ਰਚਲਿਤ ਕਰਨੇ ਵੀ ਨਹੀਂ ਆਪਾਂ ਜੋ ਆਪਣੀਆਂ ਹਰਕਤਾਂ ਨੇ ਆਪਾਂ ਆਉਣ ਹੀ ਨਹੀਂ ਦੇਣੇ ਜਦੋਂ ਸੰਗਤ ਦੇ ਥਾਂ ਤੇ ਕੰਗregation ਗੁਰੂ ਗ੍ਰੰਥ ਸਾਹਿਬ ਦੇ ਥਾਂ ਤੇ ਹੋਲੀ ਸਕ੍ਰਿਪਚਰ ਹੋਲੀ ਸਕ੍ਰਿਪਚਰ ਕਿਵੇਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਹੈ ਐਕਸਪਲੇਨ ਕਰੂ ਨੂੰ ਇਹ ਕਿਤਾਬ ਨਹੀਂ ਹੈ ਪੁਸਤਕ ਨਹੀਂ ਹੈ ਇਹ ਰੋਹਾਨੀਅਤ ਦਾ ਪ੍ਰਤੀਕ ਹੈ ਜਿਹੜੇ ਕਹਿੰਦੇ ਘਾਉਂਦੇ ਬਹੁਤੇ ਜਿਆਦਾ ਵਿਦਵਾਨ ਨੇ ਨਾ ਉਹਨਾਂ ਦਾ ਵੀ ਇਹ ਦਿਮਾਗ ਨੂੰ ਜਿਹੜਾ ਹੈ ਉਹ ਖੇਤੀ ਜਿਹੜੀ ਆ ਪਾਣੀ ਦੀ ਮਰੀ ਹੋਈ ਹੈ ਉਹ ਸੁਣਦੇ ਨਹੀਂ ਉਹਨਾਂ ਨੂੰ ਵਹਿਮ ਇਸੇ ਗੱਲ ਦਾ ਹੈ ਕਿ ਮੈਂ ਬਹੁਤ ਸਿਆਣਾ ਉਹ ਤਾਂ ਗੁਰੂ ਸਾਹਿਬ ਦਾ ਨਾਮ ਵੀ ਲੈਣਗੇ ਕਹੇ ਉਹ ਲੈਣਗੇ ਜਿਵੇਂ ਕਿਤੇ ਕਿਸੇ ਨਿਆਣੀ ਦਾ ਨਾਮ ਲੈ ਲੈਣਦੇ ਹੁੰਦੇ ਆਪਣੇ ਆਪ ਲਈ ਉਹ ਸ਼ੋਅ ਕਰਦੇ ਨੇ ਕਿ ਅਸੀਂ ਬਹੁਤ ਨੇੜੇ ਆ ਪਰ ਉਹ ਬૌਧਿਕ ਦਿਵਾਲੀਆਪਨ ਦਾ ਸ਼ਿਕਾਰ ਨਹੀਂ ਸੋ ਸਾਊਥ ਏਸ਼ੀਅਨ ਸ਼ਬਦ ਇਕੱਲਾ ਨਹੀਂ ਅਸੀਂ ਅਨੇਕਾਂ ਸ਼ਬਦਾਂ ਦੀ ਦੁਰਵਰਤੋਂ ਕਰ ਰਹੇ ਹਾਂ ਪਰ ਸਾਡਾ ਮੁੱਖ ਮਕਸਦ ਇਸ ਵੇਲੇ ਗੱਲ ਕਰਨ ਦਾ ਇਹ ਹੈ ਕਿ ਸ਼ਬਦ ਪਛਾਣ ਚਿੰਨ ਹੁੰਦੇ ਨੇ ਸ਼ਬਦ ਆਰਟੀਕਲ ਆਫ ਫੇਥ ਹੁੰਦੇ ਨੇ ਸ਼ਬਦ ਪਰਿਭਾਸ਼ਾ ਨਿਸ਼ਚਿਤ ਕਰਦੇ ਨੇ ਸ਼ਬਦ ਤੁਹਾਡੀ ਕਾਨੂੰਨੀ ਅਤੇ ਤੁਹਾਡੀ ਭਾਈਚਾਰਕ ਹੋਣ ਦਾ ਪ੍ਰਤੀਕ ਨੇ ਤੇ ਸਾਊਥ ਏਸ਼ੀਆ ਦੀ ਕਾਨੂੰਨੀ ਲੀਗਲ ਡੈਫੀਨੇਸ਼ਨ ਕੀ ਕਰੋਗੇ ਲੈਂਗੁਏਜ ਕੀ ਕਰੋਗੇ ਉਸ ਨੂੰ ਕਿਵੇਂ ਡਿਫਾਈਨ ਕਰੋਗੇ ਖਿੱਤਿਆਂ ਚ ਜਿਨ੍ਹਾਂ ਮੁਲਕਾਂ ਦੇ ਨਾਮ ਨੇ ਉਹਨਾਂ ਦੇ ਬਾਰੇ ਤਾਂ ਪਤਾ ਨਹੀਂ ਇੱਕ ਤੇ ਦੂਜੇ ਨੂੰ ਨਹੀਂ ਪਤਾ ਤੇ ਸਾਰਿਆਂ ਨੂੰ ਰਗੜ ਤੱਕ ਇਕੱਠਾ ਤੇ ਅਖੰਡ ਭਾਰਤ ਵਾਲੇ ਨੇ ਤਾਂ ਨਕਸ਼ਾ ਵੀ ਲਾਤਾ ਨਾ ਪਾਰਲੀਮੈਂਟ ਦੇ ਵਿੱਚ ਹੋਰ ਹੀ ਆਪਣਾ ਸਾਂਭਿਆ ਨਹੀਂ ਜਾਂਦਾ ਹੋਰ ਵੀ ਲਵੇਟ ਦਿੱਤੇ ਅਜੇ ਤਾਂ ਪਹਿਲਾਂ ਇਹ ਦੇਖੋ ਕਿ ਇਹ ਸੰਭਿਆ ਜਾਂਦਾ ਜਿਸ ਹਿਸਾਬ ਦੇ ਨਾਲ ਖਲਾਰਾ ਇੰਨਾ ਪਾਇਆ ਇਹ ਨਹੀਂ ਸੰਭਿਆ ਜਾਏ ਬਹੁਤ ਹੈ ਲੱਗਦਾ ਨਹੀਂ ਹੈ ਹਰੇਕ ਨਾਲ ਹਰੇਕ ਨਾਲ ਟਿੰਡ ਚ ਕੰਨਾ ਫਸਾ ਕੇ ਚੱਲਣਾ ਮਾਈਨੋਰਟੀਜ਼ ਘਟ ਗਿਣਤੀਆਂ ਖਤਰੇ ਚ ਹੈ ਵੱਖ-ਵੱਖ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਅਗਾਹ ਵਧੂ ਹੈ ਉਹ ਜੇਲਾਂ ਚ ਨਹੀਂ ਕੱਲੇ ਸਿੱਖਾਂ ਦੀ ਗੱਲ ਨਹੀਂ ਮੁਸਲਮਾਨਾਂ ਦੀ ਗੱਲ ਨਹੀਂ ਚਾਹੇ ਮਨੀਪੁਰ ਦੀ ਗੱਲ ਚੱਲੀ ਦਲਿਤਾਂ ਦੀ ਗੱਲ ਚੱਲੀ ਪੀੜਤਾਂ ਦੀ ਗੱਲ ਚੱਲੀ ਅਗਾਹ ਵਧੂਆਂ ਦੀ ਗੱਲ ਚੱਲੀ ਖੱਬੇ ਪੱਖਿਆਂ ਦੀ ਗੱਲ ਚੱਲੀ ਨਾਸਤਕਾਂ ਦੀ ਨਾਸਤਕਾਂ ਦੀ ਸਾਰਿਆਂ ਦੀ ਜਿਹੜਾ ਇੱਕ ਮਾਪਦੰਡ ਤੇ ਨਹੀਂ ਡੀਐਨਏ ਹਿੰਦੂਤਵਾ ਦਾ ਨਹੀਂ ਜਿਹਦੇ ਚ ਬਸ ਉਹ ਗਿਆ ਇਹ ਪਰਿਭਾਸ਼ਾ ਹੀ ਨਿਸ਼ਚਿਤ ਕਰ ਦਿੰਦੀ ਕਿ ਹਿੰਦੂ ਰਾਸ਼ਟਰ ਹੈ ਹਰ ਕੋਈ ਹਿੰਦੂ ਹੈ ਸੋ ਇਹ ਗੱਲ ਗਲਤ ਹੈ ਸਾਨੂੰ ਬਚਾਉਣਾ ਪਏਗਾ ਸੋ ਅਖੀਰ ਚ ਫਿਰ ਇੱਕ ਵਾਰ ਤੁਹਾਡਾ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਇੱਕਤਾ ਜੀ ਮੈਂ ਇੱਕ ਨਾ ਧੰਨਵਾਦ ਕਰਨਾ ਚਾਹੁੰਨਾ ਉਹ ਹੈਗਾ ਜੀ ਜੈਦੀ ਬੈਂਸ ਦਾ ਜੈਦੀ ਬੈਂਸ ਨੇ ਕਿਹਾ ਵੀ ਆਮ ਨਾਉਟ ਸਾਊਥ ਏਸ਼ੀਅਨ ਸੋ ਕੱਲ ਨੂੰ ਅਸੀਂ ਉਹ ਵੀਡੀਓ ਸਾਂਝੀ ਕਰਾਂਗੇ ਇੱਕ ਵਾਰੀ ਫੇਰ ਜੈ ਜੀ ਬੈਨਸ ਤੇ ਮੋੜਿਆ ਤੇਰਾ ਧੰਨਵਾਦ ਦੂਜਾ ਸਾਡੀ ਜੀ ਇੱਕ ਰੇਡੀਓ ਐਡ ਚੱਲ ਰਹੀ ਆ ਕਨੈਕਟ FM ਤੇ uh, BC ਚ ਵੀ ਚੱਲ ਰਹੀ ਆ ਅਲਬਰਟਾ ਚ ਵੀ ਉੱਥੇ ਅਸੀਂ ਬੇਨਤੀ ਕਰ ਰਹੇ ਆ ਚਾਹੇ ਤੁਸੀਂ ਮੁਸਲਮਾਨ ਹੋ ਹਿੰਦੂ ਹੋ ਸਿੱਖ ਹੋ ਆਪਣੀ ਵੀਡੀਓ ਬਣਾ ਕੇ ਭੇਜੋ ਔਰ ਜਿੱਥੇ ਦੱਸੋ ਬੁਲੰਦ ਆਵਾਜ਼ ਵਿੱਚ ਬਈ ਆਈ ਏਮ ਨਾਟ ਸਾਊਥ ਏਸ਼ੀਅਨ ਬਹੁਤ ਸ਼ੁਕਰੀਆ ਜੀ ਤੇ ਤੁਹਾਨੂੰ ਧੰਨਵਾਦ ਸ਼ੁਭਕਾਮਨਾਵਾਂ ਜੀ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਅਖੀਰ ਦੇ ਵਿੱਚ ਇਹੀ ਹੈ ਕਿ ਅਸੀਂ ਆਪਣੀ ਪਛਾਣ ਤੇ ਜ਼ੁਬਾਨ ਤੇ ਮਾਣ ਕਰੀਏ ਜਿਹੜੀਆਂ ਕੌਮਾਂ ਆਪਣੀ ਪਛਾਣ ਤੇ ਜ਼ੁਬਾਨ ਗਵਾ ਬੈਠਦੀਆਂ ਨੇ ਉਹਨਾਂ ਨੂੰ ਭਵਿੱਖ ਜਿਹੜਾ ਕੁਝ ਨਹੀਂ ਦੇ ਸਕਦਾ ਖਤਮ ਹੋ ਜਾਂਦੀਆਂ ਨੇ ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ ਚ ਲਿਖਦਾ ਜੇਕਰ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਥੋਪ ਨਾਲ ਫੁੰਡੇਗਾ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ